ਤੁਹਾਡੇ ਦਿਲ ਦਰਵਾਜ਼ਿਆਂ ਤੇ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਦਿੰਦੇ ਰਹਿਣ ਦਸਤਕ ਤੁਹਾਡੀ ਤੇ ਚੰਨ ਪਰਦੇਸੀ ਦੀ ਸਾਂਝ ਰਵੇ ਪੱਕੀ ਇਸ ਲਈ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ ਲੋੜ ਹੈ ਤੁਹਾਡੀ ਸਪੋਰਟ ਤੇ ਤੁਹਾਡੇ ਸਾਥ ਦੀ ਚੰਨ ਪਰਦੇਸੀ ਰੇਡੀਓ ਨੂੰ ਸਪੋਰਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ chanpardesi.com ਤੇ ਵਿਜ਼ਿਟ ਕਰਕੇ ਤੇ ਰਾਈਟ ਸਾਈਡ ਤੇ ਬਣੇ ਸਬਸਕ੍ਰਿਪਸ਼ਨ ਆਪਸ਼ਨ ਚ ਜਾ ਕੇ 10 ਤੋਂ $200 ਤੱਕ ਕਲਿੱਕ ਕਰ ਸਕਦੇ ਹੋ। ਤੁਹਾਡੇ ਵੱਲੋਂ ਕੀਤੀ ਇਸ ਮਦਦ ਲਈ ਰੇਡੀਓ ਚੰਨ ਪਰਦੇਸੀ ਧੰਨਵਾਦੀ ਹੋਵੇਗਾ। ਸਪੋਰਟ ਚੰਨ ਪਰਦੇਸੀ ਨੂੰ ਗਿਆ। ਦੋਸਤੋ, ਇਹ ਸੀ ਇੱਕ ਪੈਗਾਮ ਚੰਨ ਪਰਦੇਸੀ ਵੱਲੋਂ ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰਤ ਤੇ ਦਾਨਸ਼ਵਰ ਦੋਸਤੋ, ਤੁਹਾਡੀ ਖਿਦਮਤ 'ਚ ਸਾਡੇ ਮਸਲੇ ਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੇਰੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਪ੍ਰੋਫੈਸਰ ਕਰਮਜੀਤ ਕੌਰ ਕਿਸ਼ਾਮਲ ਜੀ, ਜੋ ਅਧਿਆਪਨ ਦਾ ਸ਼ਾਨਦਾਰ ਕਾਰਜ ਨਿਭਾ ਰਹੇ ਨੇ। ਐਮ ਏ ਇਕਨਾਮਿਕਸ, ਐਮ ਏ ਪੰਜਾਬੀ। ਉਹਨਾਂ ਦੀ ਖਾਸ ਪਛਾਣ ਸੰਵੇਦਨਸ਼ੀਲ ਕਵਿਤਰੀ ਅਤੇ ਚਿੰਤਕ ਲੇਖਕਾ ਕਰਕੇ ਬਣੀ ਹੋਈ ਹੈ। ਉਹਨਾਂ ਦੇ 3 ਕਾਵਿ ਸੰਗ੍ਰਹਿ ਸੁਣਵੇ ਮਾਈਆ, ਸਿਰਜਣਹਾਰੀਆਂ, ਇਸੇ ਤਰੀਕੇ ਨਾਲ ਗਗਨ ਦਮਾਮੇ ਦੀ ਤਾਲ ਅਤੇ ਇੱਕ ਪੁਸਤਕ ਨਿਬੰਧਾਂ ਦੀ ਯੁੱਗੇ ਯੁੱਗੇ ਨਾਰੀ, ਇਹਨਾਂ ਦੀ ਕਰਮ ਤੋਂ ਹੈ। ਜ਼ਾਹਿਰ ਹੈ ਕਿ ਕਵਿਤਾਵਾਂ ਵੀ ਸੁਣਾਂਗੇ। ਪੰਜਾਬੀ ਸਮਾਜ ਨੂੰ ਦਰਪੇਸ਼ ਚੁਣੌਤੀਆਂ ਜੋ ਇਸ ਵੇਲੇ ਬਣੀਆਂ ਹੋਈਆਂ ਨੇ, ਉਹਨਾਂ ਬਾਰੇ ਵੀ ਜਾਣਾਂਗੇ। ਨਿਬੰਧਾਂ ਦੀ ਪੁਸਤਕ ਬਾਰੇ ਹੋਰ ਤਫਸੀਲ ਨਾਲ ਜਾਣਾਂਗੇ। ਸੋ ਇਸ ਦੇ ਨਾਲ ਹੀ ਮੈਂ ਪ੍ਰੋਫੈਸਰ ਕਰਮਜੀਤ ਕਿਸ਼ਾਮਲ ਜੀ ਬਾਰੇ ਮੁੱਢਲੀ ਜਾਣਕਾਰੀ ਦੇ ਕਾਰਜ ਨੂੰ ਇੱਥੇ ਹੀ ਸਮੇਟਦਿਆਂ ਹੋਇਆਂ ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਪੇਸ਼ ਕਰਦਿਆਂ ਅਤੇ ਜੀ ਆਇਆਂ ਨੂੰ। ਪ੍ਰੋਫੈਸਰ ਕਰਮਜੀਤ ਕੌਰ ਕਿਸ਼ਾਮਲ ਜੀ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਜੀ ਕੀ ਕਹਿਣਾ ਚਾਹੋਗੇ ਜੀ? ਕਿਸ਼ਾਮਲ ਜੀ, ਬਹੁਤ ਬਹੁਤ ਧੰਨਵਾਦ ਗੁਰਬਚਨ ਮਾਨ ਜੀ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਚੰਨ ਪਰਦੇਸੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਹੁਕਮ ਕਰਦੇ ਜਾਓਗੇ ਜੀ। ਹਾਂਜੀ ਮਾਨ ਸਾਹਿਬ, ਜਿਸ ਤਰ੍ਹਾਂ ਵੀ ਤੁਹਾਡਾ ਕਮਾਂਡ ਤੁਹਾਡੇ ਹੱਥ ਵਿੱਚ ਹੈ, ਜਿਸ ਤਰ੍ਹਾਂ ਦਾ ਵੀ ਤੁਹਾਡਾ ਹੁਕਮ ਹੋਏਗਾ ਆਪਣੀ ਗੱਲਬਾਤ ਚੱਲਦੀ ਰਹੇਗੀ। ਮਿਹਰਬਾਨੀ। ਕਿਸ਼ਾਮਲ ਜੀ, ਤੁਹਾਡੇ 3 ਕਵਿਤਾਵਾਂ ਦੇ ਸੰਗ੍ਰਹਿ ਤੇ ਚੌਥੀ ਪੁਸਤਕ ਯੁੱਗੇ ਯੁੱਗੇ ਨਾਰੀ, ਤੁਸੀਂ ਇੱਕ ਸੰਵੇਦਨਸ਼ੀਲ ਕਵਿਤਰੀ ਹੋ, ਚਿੰਤਕ ਲੇਖਕਾ ਹੋ। ਯੁੱਗੇ ਯੁੱਗੇ ਨਾਰੀ ਵਾਰਤਕ ਦੀ ਪੁਸਤਕ ਹੈ ਤੇ ਇਹ ਲਿਖਣ ਦਾ ਸਬੱਬ ਕਿਵੇਂ ਬਣਿਆ ਜਾਣਨਾ ਚਾਹਾਂਗੇ ਜੀ। ਮਾਨ ਸਾਹਿਬ, ਮੇਰਾ ਇਹਦੇ ਵਿੱਚ ਪਿਛਲੇ 4-5 ਸਾਲਾਂ ਦਾ ਜੋ ਨਾਰੀ ਸਰੋਕਾਰਾਂ ਨੂੰ ਲੈ ਕੇ ਕਿਸੇ ਵੀ ਪੱਖ ਤੋਂ ਜੋ ਵੀ ਰਿਸਰਚ ਵਰਕ ਸੀ, ਮੈਂ ਉਹ ਆਰਟੀਕਲ ਫੋਰਮ ਦੇ ਵਿੱਚ ਇਸ ਕਿਤਾਬ ਦੇ ਵਿੱਚ ਦਰਜ ਕੀਤਾ। ਤਕਰੀਬਨ 10 ਆਰਟੀਕਲ ਨੇ ਇਹਦੇ ਵਿੱਚ, 10 ਲੇਖ ਨੇ। ਤੇ ਜਿਹੜਾ ਮੇਰਾ ਇਹਨੂੰ ਮਤਲਬ ਲਿਖਣ ਦਾ ਸਬੱਬ ਕਹਿ ਲਓ ਇਹੀ ਕਿ ਜਦੋਂ ਮੈਂ ਪਿਛਲੇ ਸਮੇਂ ਤੋਂ ਮਹਿਸੂਸ ਕਰ ਰਹੀ ਸੀ ਕਿ ਮੈਂ ਨਾਰੀ ਦੇ ਜਿਹੜੇ ਹੈਗੇ ਸਰੋਕਾਰ, ਨਾਰੀ ਨਾਲ ਸੰਬੰਧਿਤ ਮਸਲੇ ਨੇ, ਉਹ ਵੀ ਵੱਖ ਵੱਖ ਐਂਗਲਸ ਤੋਂ, ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਥੋੜਾ ਬਹੁਤਾ ਉਹਦੇ ਬਾਰੇ ਲਿਖਦੀ ਰਹਿੰਦੀ ਸੀ। ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਇਸ ਨੂੰ ਇੱਕ ਜਗ੍ਹਾ ਸੰਕਲਿਤ ਕਰਾਂ। ਤੇ ਇਹਦੇ ਵਿੱਚ ਜਿਹੜਾ ਮੇਰਾ ਮੇਨ ਹੈ ਕਿ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਵੀ ਮੈਂ ਇਸ ਨੂੰ ਦੇਖਿਆ ਕਿ ਕਿਸ ਤਰ੍ਹਾਂ ਦੀ ਨਾਰੀ ਦੀ ਸਥਿਤੀ ਰਹੀ ਆ, ਇਸ ਲਈ ਇਹਦਾ ਨਾਮ ਯੁੱਗੇ ਯੁੱਗੇ ਨਾਰੀ। ਐਂਡ ਫਿਰ ਆਧੁਨਿਕ ਕਾਲ ਤੱਕ ਵੱਖ ਵੱਖ ਦੌਰਾਂ ਦੇ ਵਿੱਚ ਨਾਰੀ ਦੀ ਜਿਹੜੀ ਸਥਿਤੀ ਆ ਉਹਨੂੰ ਐਨਾਲਿਟੀਕਲੀ ਮੈਂ ਦੇਖਿਆ, ਲਾਈਕ ਉਹਦੇ ਬਹੁਤ ਸਾਰੇ ਜਿਹੜੇ ਕਾਰਨ ਨੇ, ਕਾਜ਼ ਬਣਦੇ ਨੇ ਉਹਦੀ ਸਥਿਤੀ ਦੇ, ਉਹਨਾਂ ਨੂੰ ਵਿਚਾਰਿਆ ਵੱਖ ਵੱਖ ਆਰਟੀਕਲਸ ਦੇ ਵਿੱਚ। ਔਰ ਜਿਹੜਾ ਹੈ ਕਿ ਜਦੋਂ ਇਹ ਮਹਿਸੂਸ ਕੀਤਾ ਲਾਈਕ ਜਿਹੜਾ ਜਿੰਨੇ ਵੀ ਮਤਲਬ ਮੈਂ ਚਾਹੇ ਮੈਂ ਨਾਰੀ ਕਵਿਤਾ ਪੜ੍ਹੀ ਆ, ਕਿਉਂਕਿ ਇੱਕ ਕਿਤਾਬ ਮੈਂ ਸਿਰਜਣਹਾਰੀਆਂ ਨਾਮ ਦੀ ਐਡਿਟ ਕੀਤੀ ਸੀ ਨਾਰੀ ਕਾਵਿ ਦੇ ਉੱਤੇ, ਉਹਨੂੰ ਪੜ੍ਹਦਿਆਂ ਵੀ ਜੋ ਮੈਂ ਅੰਦਰਲੀ ਪੀੜ ਉਹਦੇ ਮਹਿਸੂਸ ਕੀਤੀ ਆ, ਠੀਕ ਹੈ, ਤਾਂ ਉਸ ਤੋਂ ਮੈਨੂੰ ਜਾਨੀ ਇਹ ਲੱਗਿਆ ਕਿ ਜਿਹੜਾ ਇਹਦੇ ਅੰਦਰ ਗੱਲ ਸਮੋਈ ਹੋਈ ਆ ਨਾਰੀ ਦੇ, ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋ ਮੈਨੂੰ ਲੱਗਦਾ ਸੀ ਕਵਿਤਾ ਵਿੱਚ ਕਹਿਣ ਤੋਂ ਰਹਿ ਗਿਆ, ਮੈਂ ਉਹ ਲੇਖ ਦੇ ਜ਼ਰੀਏ ਕਵਾਂ। ਤਾਂ ਮਹਿਸੂਸ ਇਹੀ ਕੀਤਾ ਕਿ
ਜਿਹੜੀ ਕੋਈ ਵੀ ਦਰਦ ਖਾਣੀ ਉਹ ਰੂਹ ਤੇ ਹੰਡਾਉਂਦੀ ਆ, ਚਾਹੇ ਉਹ ਬਾਜ਼ਾਰਾਂ ਦੇ ਵਿੱਚ ਵਿਕਦੀ ਨਾਰੀ ਆ, ਚਾਹੇ ਉਹ ਦ੍ਰੋਪਦੀ ਨਾਮ ਦੇ ਨਾਲ ਜਾਣੀਆਂ ਜਾਣ ਵਾਲੀਆਂ, ਪਾਰੋ ਨਾਮ ਦੇ ਨਾਲ ਜਾਣੀਆਂ ਜਾਣ ਵਾਲੀਆਂ ਕੁਦੇਸਨਾ ਨੇ, ਉਹਨਾਂ ਸਾਰੀਆਂ ਨੂੰ ਮਤਲਬ ਲਿਆ। ਅਸੀਂ ਦੇਖਦੇ ਹਾਂ ਕਿ ਔਰਤ ਆ ਜਿਹੜੀ ਸਮਾਜ ਦੇ ਵਿੱਚ ਵੱਖ ਵੱਖ ਲੈਵਲ ਨੇ, ਜਾਂ ਕਹਿ ਲਓ ਸਾਡੀ ਸੋਸਾਇਟੀ ਦੇ ਜਿਵੇਂ ਅਸੀਂ ਕਹਿੰਦੇ ਹਾਂ ਵਰਗ ਨੇ, ਉਹਦੇ ਹਿਸਾਬ ਨਾਲ ਉਹਨਾਂ ਦੀਆਂ ਸਮੱਸਿਆਵਾਂ ਅਲੱਗ ਅਲੱਗ ਨੇ। ਤਾਂ ਕਈ ਵਾਰੀ ਜਦੋਂ ਨਾਰੀ ਦੇ ਮਸਲਿਆਂ ਤੇ ਗੱਲ ਹੋਣ ਲੱਗਦੀ ਹੈ ਸਾਡੇ ਸਮਾਜ ਦੇ ਵਿੱਚ, ਤਾਂ ਜਿਸ ਸੰਬੰਧ ਨਾਲ ਮਤਲਬ ਜਿਸ ਵਰਗ ਨਾਲ ਸੰਬੰਧਿਤ ਇੱਕ ਮਰਦ ਵਰਗ ਹੁੰਦਾ, ਉਹਦਾ ਅਲੱਗ ਵਿਚਾਰ ਹੁੰਦਾ, ਉਹਨੂੰ ਕਈ ਗੱਲਾਂ ਅਨੋਖੀਆਂ ਲੱਗਦੀਆਂ। ਪਰ ਅਸੀਂ ਇਹ ਦੇਖਣਾ ਕਿ ਹਰੇਕ ਵਰਗ ਦੀ ਨਾਰੀ ਦੀ ਆਪਣੀ ਸਮੱਸਿਆ, ਠੀਕ ਹੈ। ਤੇ ਜੋ ਇਹਦੇ ਚ ਮੈਂ ਇੱਕ ਆਰਟੀਕਲ ਲਿਆ ਹੈਗਾ ਜਿਹਦੇ ਚ ਕਹਿੰਦੇ ਆ ਆਪਾਂ ਬਾਜ਼ਾਰਾਂ ਦੇ ਵਿੱਚ ਵਿਕਦੀ ਨਾਰੀ, ਉਹਦੇ ਚ ਇਸ਼ਤਿਹਾਰਾਂ ਦੇ ਨਾਂ ਦੇ ਉੱਤੇ ਵੀ ਨਾਰੀ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹਦਾ ਪ੍ਰਦਰਸ਼ਨ ਕੀਤਾ ਜਾਂਦਾ, ਚਾਹੇ ਉਹ ਤੁਸੀਂ ਕਹਿ ਲਓ ਵੀ ਜਿਹੜੇ ਅੱਜ ਕੱਲ ਸੀਰੀਅਲ ਆਉਂਦੇ ਆ ਉਹਦੇ ਚ ਭਾਰੇ ਭਾਰੇ ਗਹਿਣੇ ਪਾ ਕੇ ਦਿਖਾਇਆ ਜਾਂਦਾ। ਇਹ ਸਾਰਾ ਮਤਲਬ ਇੱਕ ਪ੍ਰਪੰਚ ਆ, ਇਸ ਤਰ੍ਹਾਂ ਦੀਆਂ ਮੈਂ ਹਰ ਇੱਕ ਵਿਸ਼ੇ ਨੂੰ ਛੋਇਆ। ਤੇ ਜਿਹੜੀ ਸਭ ਤੋਂ ਮਤਲਬ ਮੈਨੂੰ ਇਸ ਕਿਤਾਬ ਦੇ ਵਿੱਚ ਆਪਣਾ ਮਹੱਤਵਪੂਰਨ ਆਰਟੀਕਲ ਲੱਗਦਾ ਉਹ ਹੈਗਾ ਖਤਨੇ ਬਾਰੇ। ਮੈਂ ਲਿਖਿਆ ਕਾਫੀ ਡਿਟੇਲਡ ਐਂਡ ਰਿਸਰਚ ਬੇਸਡ ਖਤਨਾ। ਆਈ ਥਿੰਕ ਤੁਸੀਂ ਸਾਰੇ ਸਮਝਦੇ ਹੋ ਕਿ ਜਦੋਂ ਜਿਹੜਾ ਹੈਗਾ ਔਰਤ ਜਦੋਂ ਵੀ ਕਹਿ ਲਓ ਵੀ ਟੀਨੇਜ ਹੁੰਦੀ ਆ ਕੁੜੀ, ਉਸ ਤੋਂ ਬਾਅਦ ਜਿਸ ਤਰ੍ਹਾਂ ਮਰਦ ਦਾ ਹੈਗਾ ਜਿਹੜਾ ਸੁਨਤ ਕੀਤੀ ਜਾਂਦੀ ਆ, ਉਸੇ ਤਰ੍ਹਾਂ ਔਰਤ ਦੇ ਨਾਲ ਵੀ ਵਿਹਾਰ ਕੀਤਾ ਜਾਂਦਾ। ਇਸ ਦੇ ਉੱਤੇ ਇੱਕ ਡਿਟੇਲਡ ਆਰਟੀਕਲ ਆ, ਤੇ ਜੋ ਕਿ ਪਿਛਲੇ ਸਮੇਂ ਤੱਕ ਕਹਿ ਲਓ ਜਾਂ ਹੁਣ ਤੱਕ ਵੀ ਕੁਛ ਨਾ ਕੁਛ ਜਿਹੜੇ ਸਾਡੇ ਸਮਾਜ ਨੇ ਕਬੀਲੇ ਨੇ ਉਹਨਾਂ ਦੇ ਵਿੱਚ ਜਾਰੀ ਆ। ਸੋ ਇਸੇ ਤਰ੍ਹਾਂ ਇੱਕ ਆਰਟੀਕਲ ਜਿਹੜਾ ਮੈਨੂੰ ਲੱਗਦਾ ਕਿ ਜਿਹਦੇ ਬਾਰੇ ਪੰਜਾਬੀ ਦੇ ਵਿੱਚ ਸਾਨੂੰ ਬਹੁਤ ਘੱਟ ਲਿਖਿਆ ਮਿਲਦਾ, ਉਹ ਚੀਨ ਦੀ ਇੱਕ ਪ੍ਰਥਾ ਜਿੱਥੇ ਕੁੜੀ ਦੇ ਪੈਰ ਆ ਜਿਹੜੇ ਬਚਪਨ ਦੇ ਵਿੱਚ 4-5 ਸਾਲ ਦੀ ਉਮਰ ਤੱਕ ਇਸ ਇੱਕ ਪ੍ਰਥਾ ਦੇ ਨਾਂ ਦੇ ਉੱਤੇ ਬੰਨ ਦਿੱਤੇ ਜਾਂਦੇ ਨੇ। ਉਹ ਬੰਨਣ ਦੀ ਜਿਹੜੀ ਪ੍ਰਕਿਰਿਆ ਬੜੀ ਦਰਦਨਾਕ ਆ, ਤੇ ਉਹਨੂੰ ਨਾਮ ਦਿੱਤਾ ਜਾਂਦਾ ਕਮਲ ਫੁੱਲਾਂ ਜਿਹੇ ਪੈਰ। ਸੋ ਇਸ ਤਰ੍ਹਾਂ ਦੇ ਵੱਖ ਵੱਖ ਮੁੱਦਿਆਂ ਦੇ ਉੱਤੇ ਮੈਂ ਜਿਹੜੇ ਆਰਟੀਕਲ ਲਿਖੇ ਨੇ, ਤਾਂ ਜਿਹਨਾਂ ਨੂੰ ਅਸੀਂ ਕਈ ਵਾਰੀ ਜਦੋਂ ਦੇਖਦੇ ਹਾਂ ਨਾ ਕਿ ਅੱਜ ਦੀ ਨਾਰੀ ਜਦੋਂ ਹਰ ਖੇਤਰ ਵਿੱਚ ਬਰਾਬਰੀ ਨਾਲ ਪਾਰਟਿਸਿਪੇਟ ਕਰ ਰਹੀ ਆ, ਤਾਂ ਉੱਥੇ ਸਾਨੂੰ ਲੱਗਦਾ ਕਿ ਨਾਰੀ ਦਾ ਹੁਣ ਕੋਈ ਮਸਲਾ ਨਹੀਂ ਰਿਹਾ। ਜਦਕਿ ਜਦੋਂ ਤੁਸੀਂ ਗੌਰ ਨਾਲ ਇਹਨਾਂ ਪੱਖਾਂ ਨੂੰ ਵਿਚਾਰਦੇ ਹੋ ਤਾਂ ਅਜੇ ਵੀ ਸਾਡੇ ਸਮਾਜ ਦੇ, ਸਾਡੇ ਪੂਰੇ ਵਿਸ਼ਵ ਦੇ ਵੱਖ ਵੱਖ ਖਿੱਤਿਆਂ ਵਿੱਚ ਬਹੁਤ ਸਾਰੇ ਕਬੀਲੇ, ਬਹੁਤ ਸਾਰੇ ਖਿੱਤੇ ਅਜਿਹੇ ਨੇ ਜਿੱਥੇ ਮਤਲਬ ਬੜਾ ਹੀ ਜਾਨ ਮਾਨਾ ਜਿਹੜਾ ਹੈਗਾ ਉਹਦੇ ਨਾਲ ਵਿਹਾਰ ਕੀਤਾ ਜਾਂਦਾ। ਕਿਉਂਕਿ ਅਸੀਂ ਜੇ ਨਾਰੀ ਦੀ ਗੱਲ ਕਰ ਰਹੇ ਹਾਂ ਤਾਂ ਹਰ ਨਾਰੀ ਦੀ ਗੱਲ ਕਰ ਰਹੇ ਹਾਂ। ਸੋ ਇਸ ਤਰ੍ਹਾਂ ਦੇ ਮਸਲੇ ਮਾਨਸਾ ਮੇਰੇ ਇਸ ਕਿਤਾਬ ਚ ਨੇ। ਬਹੁਤ ਅੱਛੇ, ਬਹੁਤ ਅੱਛੇ, ਤੁਸੀਂ ਬਹੁਤ ਸੰਖੇਪ ਵਿੱਚ ਆ ਮੇਰਾ ਖਿਆਲ ਹੈ ਜਿਹੜੀਆਂ ਕੋਰ ਵੈਲਿਊਜ਼ ਨੇ ਖਾਸ ਕਰਕੇ ਨਾਰੀ ਨਾਲ ਸੰਬੰਧਿਤ ਉਹਨਾਂ ਦਾ ਜ਼ਿਕਰ ਕੀਤਾ ਹੈ, ਔਰ ਉਹਨਾਂ ਨੂੰ ਇਤਿਹਾਸਕ ਤੌਰ ਦੇ ਉੱਪਰ, ਧਾਰਮਿਕ ਤੌਰ ਦੇ ਉੱਪਰ ਵੀ ਨਜਿੱਠਿਆ ਜਿਸ ਤਰ੍ਹਾਂ ਤੁਹਾਡੇ ਉਹ ਲੇਖ ਨੇ। ਬਹੁਤ ਅੱਛੀ ਗੱਲ ਹੈ, ਬਹੁਤ 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 ਚੰਗਾ ਲੱਗਾ। ਔਰ ਮੈਨੂੰ ਇਉਂ ਵੀ ਲੱਗਦੀ ਹੈਗੀ ਹੈ ਕਿ ਇੱਕ ਸੰਵੇਦਨਸ਼ੀਲ ਕਵਿਤਰੀ ਜਿਵੇਂ ਤੁਸੀਂ ਹੈਗੇ ਹੋ, ਔਰ ਉਹਦਾ ਤੁਸੀਂ ਆਪਣੇ ਆਪ ਹੀ ਜਵਾਬ ਦਿੱਤਾ। ਮੇਰਾ ਇੱਕ ਸਵਾਲ ਤੁਹਾਨੂੰ ਪੁੱਛਣਾ ਸੀ, ਤੁਸੀਂ ਉਹ ਆਪਣੇ ਆਪ ਹੀ ਤੁਹਾਡਾ ਜਵਾਬ ਆ ਗਿਆ ਕਿ ਪਹਿਲੇ ਕਾਵਿ ਸੰਗ੍ਰਹਿ ਤੇ ਫਿਰ ਵਾਰਤਕ। ਕਈ ਵਾਰੀ ਸਾਰੀ ਗੱਲ ਜਿਹੜੀ ਹੈਗੀ ਹੈ ਕਾਵਕ ਛੋਹਾਂ ਰਾਹੀਂ ਸ਼ਾਇਦ ਨਹੀਂ ਕਹੀ ਜਾ ਸਕਦੀ, ਜਿਸ ਤਰ੍ਹਾਂ ਵਾਰਤਕ ਵਿੱਚ ਡਿਟੇਲ ਨਾਲ ਕਹੀ ਜਾ ਸਕਦੀ ਹੈ ਇੱਕ ਲੇਖ ਦੇ ਰੂਪ ਵਿੱਚ ਜਾਂ ਕੁਝ ਹੋਰ। ਸੋ ਬਹੁਤ ਚੰਗਾ ਲੱਗਿਆ ਉਹ ਕਿ ਤੁਸੀਂ ਵਾਰਤਕ ਦਾ ਜਿਹੜਾ ਮੀਡੀਅਮ ਹੈ ਉਹਦੇ ਵਿੱਚ ਇਸ ਕਿਸਮ ਦੀ ਸੀਰੀਅਸ ਕਿਸਮ ਦੀ ਗੱਲ ਜਿਹੜੀ ਹੈਗੀ ਹੈ ਉਹ ਕੀਤੀ ਹੈ, ਔਰ ਬੜੀ ਡਿਟੇਲ ਵਿੱਚ ਕੀਤੀ ਹੈ, 10 ਲੇਖ ਲਿਖੇ ਨੇ। ਮੇਰਾ ਖਿਆਲ ਹੈ ਬਹੁਤ ਅੱਛੀ ਯਤਨ ਹੈਗਾ ਔਰ ਲੋਕਾਂ ਨੂੰ ਪਸੰਦ ਵੀ ਆਇਆ ਹੋਏਗਾ। ਕੁਝ ਹੋਰ ਇਸ ਪੁਸਤਕ ਬਾਰੇ, ਲੇਖਾਂ ਵਾਲੀ ਪੁਸਤਕ ਬਾਰੇ ਕੁਝ ਕਹਿਣਾ ਚਾਹੋਗੇ? ਹਾਂ ਜੀ ਮਾਨ ਸਰ, ਜੋ ਮਤਲਬ ਮੈਂ ਮਹਿਸੂਸ ਕੀਤਾ ਨਾ ਓਵਰਆਲ ਇਹਦੇ ਬਾਰੇ, ਕਈ ਵਾਰੀ ਨਾ ਮਤਲਬ ਜਦੋਂ ਵੀ ਕੋਈ ਔਰਤ ਵਿਸ਼ੇ ਤੇ ਗੱਲ ਹੁੰਦੀ ਆ, ਚਾਹੇ ਉਹ ਕਿਤਾਬ ਦੇ ਰੂਪ ਚ ਅਸੀਂ ਦੇਖੀਏ, ਤਾਂ ਇੱਕ ਵਰਗ ਵੱਲੋਂ ਸਿਰਫ ਇਸ ਲਈ ਨਿਗਲੈਕਟ ਹੋ ਜਾਂਦੀ ਆ ਵੀ ਇਹ ਚ ਕੋਈ ਖਾਸ ਗੱਲ ਨਹੀਂ ਹੋਏਗੀ। ਪਰ ਮਤਲਬ ਮੈਂ ਜੋ ਇਹਦੇ ਚ ਦੇਖਿਆ ਲਿਖਦੇ ਹੋਏ ਮਹਿਸੂਸ ਕੀਤਾ, ਜਾਂ ਵੱਖ ਵੱਖ ਖਿੱਤਿਆਂ ਦੀਆਂ ਔਰਤਾਂ ਨਾਲ ਮਿਲ ਕੇ ਗੱਲ ਨੂੰ ਸਮਝਣ ਦਾ ਯਤਨ ਕੀਤਾ, ਤਾਂ ਇੱਕ ਮੈਂ ਥੋੜਾ ਜਿਹਾ ਇਹਦੇ ਵਿੱਚੋਂ ਪੜਾਂਗੀ ਹੀ ਉਹਨੂੰ ਕਿ ਮੈਂ ਜੋ ਮਹਿਸੂਸ ਕੀਤਾ ਕਿ ਹਾਂਜੀ, ਲੇਖਾਂ ਬਾਰੇ ਜਾਣਕਾਰੀ ਹਿੱਤ ਕੁਝ ਲਿਖਣ ਦੀ ਲੋੜ ਤਾਂ ਮਹਿਸੂਸ ਨਹੀਂ ਹੁੰਦੀ, ਪਰ ਇਹਨਾਂ ਵਿੱਚ ਸਮੋਏ ਅਹਿਸਾਸਾਂ ਬਾਰੇ ਬਸ ਇੰਨਾ ਕਹਾਂਗੀ ਕਿ ਨਾਰੀ ਬਾਜ਼ਾਰੀ ਵਿਕਦੀ, ਰਾਤਾਂ ਦੀ ਦਰਦ ਕਹਾਣੀ ਰੂਹ ਤੇ ਹੰਡਾਉਂਦੀ,
ਜਬਰੀ ਦਿੱਤੇ ਦੇਹ ਵਿਕਾਰਾਂ ਨੂੰ ਗਹਿਣਿਆਂ ਵਾਂਗ ਸਵੀਕਾਰਦੀ, ਜਿਉਂਦੀ ਲਾਸ਼ ਬਣ ਉਮਰਾਂ ਬਿਤਾਉਂਦੀ, ਜੁਗਾਂ ਤੋਂ ਸਭਿਆਕਰਾਂ ਤੇ ਵਿਸ਼ੇ ਕੰਡਿਆਂ ਉੱਪਰ ਤੁਰਦੀ, ਅਦਭੁਤ ਸਿਰਜਣਾਤਮਕ ਸ਼ਕਤੀ ਨਾਲ ਆਪਣੀ ਤੋਰ ਨੂੰ ਲੜਖੜਾਉਣ ਤੋਂ ਬਚਾਉਂਦੀ, ਸੰਜਮ ਤੇ ਸਹਿਨਸ਼ੀਲਤਾ ਨਾਲ ਸੰਤੁਲਨ ਬਣਾ ਕੇ ਤੋਰ ਵਿੱਚ ਰਿਦਮ ਪੈਦਾ ਕਰਦੀ ਹੋਈ ਮਨੁੱਖੀ ਸਮਾਜ ਦੀ ਸਿਰਜਣਾ ਤੇ ਵਿਕਾਸ ਵਿੱਚ ਹਿੱਸਾ ਪਾ ਰਹੀ ਹੈ। ਪਰ ਅਸੀਂ ਭੁੱਲ ਬੈਠੇ ਹਾਂ ਕਿ ਇਨਸਾਨੀ ਹੋਣ ਤੋਂ ਪਰੇ ਵਸਤੂ ਬਣਾਈ ਨਾਰੀ ਦੇ ਵਿਸ਼ਾਦ ਇਕੱਲੀ ਨਾਰੀ ਜਾਤੀ ਲਈ ਹੀ ਨਹੀਂ, ਸਮੁੱਚੀ ਮਾਨਵ ਜਾਤੀ ਲਈ ਘਾਤਕ ਨੇ। ਇਸ ਲਈ ਇਹਨਾਂ ਲੇਖਾਂ ਵਿੱਚ ਅੰਕਿਤ ਮਸਲੇ ਇਕੱਲੀ ਨਾਰੀ ਦੇ ਨਹੀਂ, ਸਗੋਂ ਹਰ ਉਸ ਸੁਹਿਰਦ ਮਨੁੱਖ ਦੇ ਨੇ ਜੋ ਸੁਚੱਜਾ ਸਮਾਜ ਸਿਰਜਣ ਦਾ ਚਾਹਵਾਨ ਹੈ। ਸੋ ਲੋੜ ਹੈ ਨਾਰੀ ਦੀ ਜਿਹੜੀ ਵਿਸਮਾਦੀ ਸ਼ਕਤੀ ਆ, ਸਿਰਜਣਾਤਮਕ ਸ਼ਕਤੀ ਆ, ਰਚਨਾਤਮਕ ਸਮਰੱਥਾ, ਉਹਨੂੰ ਸਵੀਕਾਰ ਕਰੀਏ, ਵਿਵਹਾਰਕ ਰੂਪ ਚ ਉਹਨੂੰ ਮਾਣ ਦਈਏ, ਤੇ ਜਿਹੜੀਆਂ ਸਿਰਜਣ ਪੀੜਾ ਨੂੰ ਉਹ ਵਿਸਮਾਦੀ ਹੋ ਕੇ ਸਹਾਰਦੀ ਨਾਰੀ ਜਿਹੜੀ ਹੈ ਉਹਦੀ ਹਸਤੀ ਨੂੰ ਅਸੀਂ ਸਮਝੀਏ। ਸੋ ਮੈਂ ਮਤਲਬ ਇਹਦੇ ਚ ਮੈਨੂੰ ਜੋ ਚੰਗਾ ਲੱਗਿਆ ਕਿ ਮੈਂ ਕਵਿਤਾ ਨੂੰ ਨਾਲ ਨਾਲ ਰੱਖਿਆ ਹੈ, ਤੇ ਇਸ ਹਰ ਆਰਟੀਕਲ ਤੋਂ ਬਾਅਦ ਇੱਕ ਕਵਿਤਾ ਵੀ ਐਡ ਹੈ ਉਹਦੇ ਨਾਲ ਸੰਬੰਧਿਤ। ਸੋ ਇਹਦੀ ਸ਼ੁਰੂਆਤ ਵੀ ਇੱਥੋਂ ਹੀ ਆ ਕਿ ਕੌਣ ਮੁਨਕਰ ਹੈ ਆਬੋ ਹਵਾ ਤੇ ਸੂਰਜ ਦੀ ਦੇਣ ਤੋਂ, ਕੌਣ ਮੁਨਕਰ ਹੈ ਆਬੋ ਹਵਾ ਤੇ ਸੂਰਜ ਦੀ ਦੇਣ ਤੋਂ, ਪਰ ਜਦ ਬੀਜ ਪੁੰਗਰਦਾ ਹੈ ਤਾਂ ਧਰਤੀ ਦੀ ਸਤਹ ਤਰੇੜੀ ਜਾਂਦੀ। ਵਾਹ 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 ਵਾਹ, ਫੇ ਬਹੁਤ ਬਹੁਤ ਸ਼ਾਨਦਾਰ ਜੀ। ਹਾਂ ਜੀ, ਮਤਲਬ ਮੈਂ ਸਾਰੀ ਆਰਟੀਕਲ ਸ਼ੁਰੂ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਕਿਉਂ ਸੁਣਨੇ ਆ ਨਾਰੀ ਦੇ ਮਸਲੇ। ਧਰਤੀ ਇੱਥੇ ਨਾਰੀ ਨੂੰ ਕਿਹਾ, ਕੌਣ ਮੁਨਕਰ ਹੈ ਆਬੋ ਹਵਾ ਤੇ ਸੂਰਜ ਦੀ ਦੇਣ ਤੋਂ, ਜਦ ਬੀਜ ਪੁੰਗਰਦਾ ਹੈ ਤਾਂ ਧਰਤੀ ਦੀ ਸਤਹ ਤਰੇੜੀ ਜਾਂਦੀ। ਤੇ ਇਸੇ ਤਰ੍ਹਾਂ ਮੈਂ ਇਸ ਦਾ ਅੰਤ ਸੀ ਜਿਹੜਾ ਉਹ ਵੀ ਇੱਕ ਕਵਿਤਾ ਨਾਲ ਕੀਤਾ, ਜਿੱਥੇ ਮੈਂ ਮਤਲਬ ਇੱਥੇ ਮਰਦ ਵਰਗ ਨੂੰ ਵਿਰੋਧੀ ਲੈ ਕੇ ਨਹੀਂ ਚੱਲੇ, ਬਲਕਿ ਉਹਨੂੰ ਇੱਕ ਮਤਲਬ ਨਾਲ ਤੋਰਨ ਦਾ ਯਤਨ ਹੈ। ਤੇ ਅਖੀਰ ਦੇ ਉੱਤੇ ਉਹਨੂੰ ਅਰਜ ਹੈ ਕਿ ਤੂੰ ਤੇ ਮੈਂ ਵਰਤਣ ਦੀ ਕੋਈ ਸ਼ੈ ਨਹੀਂ। ਇੱਥੇ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਕਈ ਵਾਰੀ ਇੱਕ ਧਿਰ ਵੱਲੋਂ ਦੂਜੀ ਨੂੰ ਜਸਟ ਵਰਤਿਆ ਜਾਂਦਾ, ਉਹ ਉਦੋਂ ਹੀ ਵਰਤ ਸਕਦੇ ਹਾਂ ਜਦੋਂ ਅਸੀਂ ਦੂਸਰੇ ਨੂੰ ਵਸਤੂ ਸਮਝਦੇ ਹਾਂ। ਸੋ ਤੂੰ ਤੇ ਮੈਂ ਵਰਤਣ ਦੀ ਕੋਈ ਸ਼ੈ ਨਹੀਂ, ਤੇਰੇ ਤੇ ਮੇਰੇ ਅੰਦਰ ਆਪਣੇ ਆਪਣੇ ਬ੍ਰਹਿਮੰਡ ਨੇ। ਆ ਲੱਭੀਏ ਇਹਨਾਂ ਦੇ ਸਾਂਝੇ ਅੰਸ਼, ਆ ਲੱਭੀਏ ਇਹਨਾਂ ਦੇ ਸਾਂਝੇ ਅੰਸ਼ ਤੇ ਮਹਾਂ ਮਿਲਾਪ ਦਾ ਕੋਈ ਸਾਂਝਾ ਸੂਤਰ ਘੜੀਏ, ਮਹਾਂ ਮਿਲਾਪ ਦਾ ਕੋਈ ਸਾਂਝਾ ਸੂਤਰ ਘੜੀਏ। ਸੋ ਇਹ ਮੇਰੀ ਜਿਹੜੀ ਇਸ ਕਿਤਾਬ ਦੀ ਇੰਟਰੋ ਹੈ। ਬਹੁਤ ਅੱਛੀ, ਬਾਕੀ ਬਹੁਤ ਅੱਛੀ, ਬਹੁਤ ਅੱਛੀ। ਆ ਤੁਹਾਡੀਆਂ ਪੁਰਾਣੇ ਸਮੇਂ ਵਿੱਚ ਵੀ ਜਦੋਂ ਇੰਟਰਵਿਊਜ਼ ਹੋਈਆਂ, ਤੁਹਾਡੀਆਂ ਰਚਨਾਵਾਂ ਸੁਣਦੀ ਬੇਤਾਬੀ ਨਾਲ ਉਡੀਕ ਕਰ ਰਹੇ ਹੋਣਗੇ ਸਰੋਤੇ, ਮੈਂ ਵੀ ਉਹ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ, ਨਾਲ ਨਾਲ ਗੱਲਬਾਤ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ ਤੇ ਇਸੇ ਤਰ੍ਹਾਂ ਹੀ ਚੱਲੀ ਜਾਵੇਗਾ। ਹੁਣ ਫਿਰ ਅੱਜ ਦੀ ਮਹਿਫਲ ਦਾ ਪਹਿਲੀ ਰਚਨਾ ਕਿਹੜੀ ਸੁਣਾ ਰਹੇ ਹੋ, ਕਿੱਥੋਂ ਸ਼ੁਰੂ ਕਰ ਰਹੇ ਹੋ, ਕਿੱਥੋਂ ਆਗਾਜ਼ ਹੋ ਰਿਹਾ ਜੀ? ਓਕੇ ਜੀ, ਚਲੋ ਜੀ ਆਪਾਂ ਕਵਿਤਾ ਵੱਲ ਆਉਂਦੇ ਹਾਂ ਪੂਰੀ ਤਰ੍ਹਾਂ ਨਾਲ। ਪਹਿਲਾਂ ਆਪਾਂ ਪ੍ਰੋਜ਼ ਦੀ ਗੱਲ ਕੀਤੀ ਆ, ਖੈਰ ਤਾਂ ਇਹਦੇ ਚ ਮੈਂ ਇੱਕ ਕਵਿਤਾ ਤੁਹਾਨੂੰ ਕਹਿ ਕੇ, ਬਾਕੀ ਜਿਵੇਂ ਜਿਵੇਂ ਤੁਹਾਡੇ ਵੱਲੋਂ ਹਦਾਇਤ ਹੁੰਦੀ ਜਾਏਗੀ ਉਸ ਤਰ੍ਹਾਂ ਗੱਲ ਕਰਦੇ ਜਾਵਾਂਗੇ। ਜ਼ਰੂਰ। ਸੋ ਇੱਕ ਕਵਿਤਾ ਹੈਗੀ, ਪਿਛਲੇ ਦਿਨਾਂ ਦੇ ਵਿੱਚ ਹੀ ਮੈਂ ਲਿਖੀ ਸੀ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹ ਕਵਿਤਾ ਜਿਹੜੀ ਆਈ ਉਹ ਕਿਸ ਆਲਮ ਦੇ ਵਿੱਚ ਆਈ, ਉਹਦੇ ਬਾਰੇ ਦੋ ਲਾਈਨਾਂ। ਜ਼ਰੂਰ। ਕਈ ਸਫ਼ਰ ਸਦੀਆਂ ਜਿਹੜੇ ਹੁੰਦੇ ਨੇ, ਤੇ ਜਦ ਇਹ ਸਫ਼ਰ ਆਪਣੇ ਹੀ ਅੰਦਰ ਵੱਲ ਝਾਤੀ ਮਾਰਨ ਵਾਸਤੇ ਹੋਵੇ, ਤਾਂ ਆਪੇ ਨੂੰ ਮਿਲਣ ਦੀ ਜਿਹੜੀ ਸਾਡੀ ਚਾਹ ਹੈਗੀ ਉਹ ਨਿਰੰਤਰ ਸਾਨੂੰ ਇਸ ਸਫ਼ਰ ਤੇ ਤੋਰੀ ਰੱਖਦੀ ਆ। ਸੋ ਆਪਣੇ ਆਪ ਵੱਲ ਤੁਰਨਾ, ਸੋਚਾਂ ਦੇ ਖੂਹੀ ਉਤਰਨਾ, ਸਦੀਆਂ ਜਿਹੜ ਫਾਸਲੇ ਨੂੰ ਮੇਟ, ਸਮੇਂ ਸਥਾਨ ਦੀ ਦੂਰੀ ਤੋਂ ਪਾਰ, ਮਨ ਦੀਆਂ ਡੂੰਘੀਆਂ ਖਾਲੀਆਂ ਹੰਘਾਲਦੇ ਹੋਏ ਉਸ ਪਲ ਨੂਰੋ ਨੂਰ ਹੋ ਜਾਣਾ, ਜਦ ਤੁਹਾਡਾ ਆਪਾ ਅੱਖਰ ਅੱਖਰ ਹੋ ਕੇ ਉਭਰਨ ਲੱਗਦਾ, ਸ਼ਬਦ ਮੋਤੀ ਤੁਹਾਨੂੰ ਦਿਖਣ ਲੱਗਦੇ ਨੇ, ਤਾਂ ਉਸ ਸਮੇਂ ਜਿਹੜਾ ਅਨੰਤ ਸਰਮਾਇਆ ਤੁਹਾਡੀ ਬੁੱਕਲ ਚ ਹੁੰਦਾ। ਤੇ ਕੁਛ ਉਸੇ ਤਰ੍ਹਾਂ ਦੇ ਆਲਮ ਦੇ ਵਿੱਚੋਂ ਫਿਰ ਮੈਂ ਇਹ ਕਵਿਤਾ ਸਿਰਜੀ ਸੀ। ਮੇਰੀ ਸੋਚ ਦੇ ਖੂਹੀ ਅੱਜ ਵੇ, ਤੂੰ ਆਇਓ ਕਿਹੜੇ ਭੱਜ ਵੇ, ਮੇਰੀ ਸੋਚ ਦੇ ਖੂਹੀ ਅੱਜ ਵੇ, ਤੂੰ ਆਇਓ ਕਿਹੜੇ ਭੱਜ ਵੇ, ਮੇਰੇ ਹੱਥੋਂ ਛੁੱਟ ਗਈ ਲੱਜ ਵੇ, ਰੂਹਾਂ ਰਹਿ ਗਈਆਂ ਪਿਆਸੀਆਂ। ਵਾਹ 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 ਵਾਹ, ਫਿਰ ਪੜ੍ਹਿਓ। ਇਹ ਤਾਂ ਇੱਕ ਇੱਕ ਲਫ਼ਜ਼ ਮੈਂ ਚਾਹੁੰਦਾ ਵੀ ਸਰੋਤਿਆਂ ਦੇ ਨਾਲ ਰਜਿਸਟਰ ਹੁੰਦਾ ਜਾਵੇ। ਬਹੁਤ ਅੱਛੇ। ਮੇਰੀ ਸੋਚ ਦੇ ਖੂਹੀ
ਅੱਜ ਵੇ ਹਾਂ ਜੀ ਜੀ ਮੇਰੀ ਸੋਚ ਦੇ ਖੂਹੀ ਅੱਜ ਵੇ ਤੂੰ ਆਇਓ ਕਿਹੜੇ ਪੱਜ ਵੇ ਮੇਰੇ ਹੱਥੋਂ ਛੁੱਟ ਗਈ ਲੱਜ ਵੇ ਰੂਹਾਂ ਰਹਿ ਗਈਆਂ ਪਿਆਸੀਆਂ ਵਾਹ 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 ਕੋਈ ਜੰਡ ਕਰੀਰਾਂ ਕੋਲ ਵੇ ਕੋਈ ਜੰਡ ਕਰੀਰਾਂ ਕੋਲ ਵੇ ਰਿਹਾ ਦਿਲ ਦੇ ਦੁਖੜੇ ਫੋਲ ਵੇ ਕੋਈ ਕਰਕੇ ਭੁੱਲਿਆ ਕੌਲ ਵੇ ਦੱਸ ਮੁੱਕਣ ਕਿੰਜ ਉਦਾਸੀਆਂ ਵਾਹ 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 ਜੀ ਥੈਂਕ ਯੂ ਸੁਣ ਬਾਰੀ ਵਰਸੀ ਬਾਅਦ ਵੇ ਸੁਣ ਬਾਰੀ ਵਰਸੀ ਬਾਅਦ ਵੇ ਬਹਾਰਾਂ ਨੂੰ ਆਈ ਯਾਦ ਵੇ ਥੋਰਾ ਨੇ ਰੱਖ ਲਈ ਲਾਜ ਵੇ ਫੁੱਲ ਖਿੜ ਗਏ ਵਿੱਚ ਉਦਾਸੀਆਂ ਇਹ ਫੇਰ ਪੜਿਓ ਜੀ ਸੁਣ ਸੁਣ ਬਾਰੀ ਬਰਸੀ ਬਾਅਦ ਵੇ ਉਹ ਬਾਰੀ ਬਰਸੀ ਸਾਡਾ ਉਹ ਗੀਤਾਂ ਦੇ ਵਿੱਚ ਵੀ ਬੋਲੀਆਂ ਦੇ ਵਿੱਚ ਵੀ ਅਸੀਂ ਉਹ ਬਾਰਾਂ ਬਾਰਾਂ ਵਾਲਾ ਜ਼ਿਆਦਾ ਹੈਗਾ ਬਹੁਤ ਬਹੁਤ ਸੋਹਣਾ ਲਿਖ ਰਹੇ ਹੋ ਜੀ ਸੁਣ ਬਾਰਾਂ ਬਾਰਾਂ ਬਰਸਾਂ ਦੀ ਨਾ ਸਾਡੇ ਲੋਕ ਧਾਰਾ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਬਾਰਾਂ ਬਰਸਾਂ ਦਾ ਕਈ ਕਈ ਪੱਖ ਨੇ ਕਿ ਲਾਈਕ ਬੋਲੀਆਂ ਚ ਵੀ ਤੁਸੀਂ ਦੇਖਦੇ ਆ ਫੇਰ ਕਹਿੰਦੇ ਬਾਰਾਂ ਵਰਸਾਂ ਬਾਅਦ ਰੂੜੀ ਵੀ ਸੁਣੀ ਜਾਂਦੀ ਆ ਫੇਰ ਕਿਹਾ ਜਾਂਦਾ ਕਿ ਜਿਹੜੇ ਥੋਹਰ ਹੁੰਦੇ ਨੇ ਉਹਨਾਂ ਨੂੰ ਫੁੱਲ ਵੀ ਬਾਰਾਂ ਵਰਸਾਂ ਬਾਅਦ ਆਉਂਦੇ ਨੇ ਜੋ ਮੈਂ ਸੁਣਿਆ ਸੋ ਉਸ ਗੱਲ ਨੂੰ ਇੱਥੇ ਲਿਆ ਸੀ ਕਿ ਸੁਣ ਬਾਰੀ ਵਰਸੀ ਬਾਅਦ ਵੇ ਬਹਾਰਾਂ ਨੂੰ ਆਈ ਯਾਦ ਵੇ ਥੋਰਾਂ ਨੇ ਰੱਖ ਲਈ ਲਾਜ ਵੇ ਫੁੱਲ ਖਿੜ ਗਏ ਵਿੱਚ ਉਦਾਸੀਆਂ ਵਾਹ 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 ਸੋ ਲਾਸਟ ਸੀਗਾ ਤੁਹਾਡਾ ਵੈਸੇ ਥੋਰਾਂ ਵਾਲਾ ਜਿਹੜਾ ਜਿਹੜਾ ਪ੍ਰਤੀਕ ਹੈ ਇਹ ਵੀ ਬਹੁਤ ਕਮਾਲ ਹੈ ਮੈਨੂੰ ਲੱਗਦੀ ਹੈ ਸ਼ਿਵ ਕੁਮਾਰ ਬਟਾਲਵੀ ਨੇ ਥੋਰਾਂ ਮੈਂ ਕੰਡਿਆਲੀ ਥੋਰ ਵੇ ਵਾਲੇ ਥੋਰਾਂ ਵੈਸੇ ਹੀ ਇਗਨੋਰ ਹੋਇਆ ਹੋਇਆ ਇੱਕ ਚੀਜ਼ ਸੀ ਔਰ ਉਹਨੇ ਦੁਬਾਰਾ ਉਹਦੇ ਚ ਨਵੇਂ ਅਰਥ ਭਰੇ ਨੇ ਤੁਸੀਂ ਉਹਦਾ ਇਸਤੇਮਾਲ ਕੀਤਾ ਬਹੁਤ ਚੰਗਾ ਲੱਗਿਆ ਜੀ ਜੀ ਜਿੱਦਾਂ ਇੱਥੇ ਇੰਨਾ ਦੱਸਣਾ ਚਾਹਵਾਂਗੀ ਕਿ ਸ਼ਿਵ ਕੁਮਾਰ ਬਟਾਲਵੀ ਨੇ ਥੋਰਾਂ ਦੇ ਕੰਡਿਆਲੇ ਹੋਣ ਨੂੰ ਕਿਹਾ ਸੀ ਤੇ ਮੈਂ ਥੋਰਾਂ ਦੇ ਜਿਹੜੇ ਬਾਰਾਂ ਵਰਸਾਂ ਮਤਲਬ ਫੁੱਲ ਖਿੜਦੇ ਆ ਉਸ ਪ੍ਰਤੀਕ ਮਿਲਿਆ ਬਹੁਤ ਅੱਛੇ ਜੀ ਲਾਸਟ ਹੈਗਾ ਦਾ ਇਹ ਝੀਲ ਨੈਣਾ ਦੀ ਲੂਣੀ ਵੇ ਬਸ ਰਤਾ ਕੋਯੋ ਊਣੀ ਵੇ ਇਹ ਝੀਲ ਨੈਣਾ ਦੀ ਲੂਣੀ ਵੇ ਬਸ ਰਤਾ ਕੋਯੋ ਊਣੀ ਵੇ ਤੇਰੀ ਸ਼ੋ ਨੇ ਆਨ ਹਲੋਣੀ ਵੇ ਪਰ ਤਾਂ ਦਿਸੀਆਂ ਅਨਕਿਆਸੀਆਂ ਮੇਰੀ ਸੋਚ ਦੇਖੋ ਹੀ ਅੱਜ ਵੀ ਤੂੰ ਆਇਓ ਕਿਹੜੇ ਪੱਜ ਬਹੁਤ ਬਹੁਤ ਬਾ ਕਮਾਲ ਰਚਨਾ ਨਾਲ ਤੁਸੀਂ ਸ਼ੁਰੂ ਕੀਤਾ ਅੱਜ ਦਾ ਪ੍ਰੋਗਰਾਮ ਬਹੁਤ ਅੱਛੇ ਗੱਲਾਂ ਬਾਤਾਂ ਵੀ ਕਰਾਂਗੇ ਨਾਲ ਨਾਲ ਤੁਹਾਡੀਆਂ ਕਵਿਤਾਵਾਂ ਵੀ ਸੁਣਦਾ ਹੀ ਜਾਵਾਂਗੇ ਔਰ ਮੇਰੇ ਜਿਹੜੇ ਸਰੋਤੇ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਸਤਵਿੰਦਰ ਰਾਜਪਾਲ ਜੀ ਸਾਡੇ ਟੀਮ ਮੈਂਬਰ ਵੀ ਨੇ ਉਹ ਵੀ ਰੇਡੀਓ ਦੇ ਸ਼ੋਅ ਵੀ ਕਰਦੇ ਨੇ ਕਹਿੰਦੇ ਜੀ ਬਹੁਤ ਵਧੀਆ ਪ੍ਰੋਗਰਾਮ ਜੀ ਗੱਲਬਾਤ ਸੁਣ ਰਿਹਾ ਮਿਹਰਬਾਨੀ ਜੀ ਸਤਵਿੰਦਰ ਰਾਜਪਾਲ ਜੀ ਸ਼ੁਕਰੀਆ ਸੁਣਨ ਵਾਸਤੇ ਜੀ ਜੀ ਕਵਿਤਾ ਹੀ ਕਹੀ ਜਾਵੇ ਹਾਂਜੀ 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 ਮੇਰੀ ਅਗਲੀ ਕਵਿਤਾ ਹੋਂਦ ਨਿਹੋਂਦ ਬਾਰੇ ਆ ਹੋਂਦ ਨਿਹੋਂਦ ਕੋਈ ਨਾ ਹੋਣ ਦੀ ਕਰ ਰਿਹਾ ਮੁਨਾਦੀ ਕੋਈ ਹੈ ਹੈ ਕੂਕ ਰਿਹਾ ਕੋਈ ਨਾ ਹੋਣ ਦੀ ਕਰ ਰਿਹਾ ਮੁਨਾਦੀ ਕੋਈ ਹੈ ਹੈ ਕੂਕ ਰਿਹਾ ਬੁੱਧ ਦੀ ਚੁੱਪ ਦਾ ਤਰਜਮਾ ਕਰਦਿਆਂ ਚੀਕਾਂ ਰੌਲੀ ਰਾਮ ਕਚੋਲਾ ਚਾਹੇ ਅਸੀਂ ਬੁੱਧ ਦੇ ਚੁੱਪ ਦੇ ਜਿਹੜੇ ਸੰਕਲਪ ਨੂੰ ਵੀ ਦੱਸਣਾ ਹੋਵੇ ਉਹਦੇ ਲਈ ਵੀ ਰੌਲਾ ਪਾ ਪਾ ਕੇ ਦੱਸ ਰਹੇ ਹਾਂ ਸੋ ਕੋਈ ਨਾ ਹੋਣ ਦੀ ਕਰ ਰਿਹਾ ਮੁਨਾਦੀ ਕੋਈ ਹੈ ਹੈ ਕੂਕ ਰਿਹਾ ਨਾਸਤਿਕ ਨਾਸਤਿਕ ਦਾ ਬੁੱਧ ਦੀ ਚੁੱਪ ਦਾ ਤਰਜਮਾ ਕਰਦਿਆਂ ਚੀਕਾਂ ਰੌਲੀ ਰਾਮ ਕਚੋਲਾ ਕੀ ਕੋਈ ਸਮਝੇ ਚੁੱਪ ਦੀ ਬੋਲੀ ਕੀ ਇਹ ਚੁੱਪ ਸ਼ੋਰ ਦੀ ਗੋਲੀ ਕੀ ਕੋਈ ਸਮਝੇ ਚੁੱਪ ਦੀ ਬੋਲੀ ਕੀ ਇਹ ਚੁੱਪ ਸ਼ੋਰ ਦੀ ਗੋਲੀ ਕੀ ਜਾਣੇ ਸ਼ੋਰ ਹੈ ਚੁੱਪ ਤੋਂ ਡਰਿਆ ਕੌਣ ਹੈ ਖਾਲੀ ਕੌਣ ਹੈ ਭਰਿਆ ਸੋ ਇਹ ਸਾਰੇ ਜਿਹੜੇ ਭੁਲੇਖੇ ਸਿਰਜਦੇ ਨੇ ਕਈ ਵਾਰੀ ਅਸੀਂ ਸ਼ਬਦਾਂ ਨਾਲ ਤੇ ਕਹਿ ਲੋ ਵਿਦਵਤਾ ਨੂੰ ਇਸ ਲਈ ਵੀ ਵਰਤਦੇ ਹਾਂ ਕਿ ਭੁਲੇਖੇ ਸਿਰਜਣ ਦੇ ਲਈ ਸੋ ਉਸ ਗੱਲ ਤੋਂ ਕਿ ਕੀ ਕੋਈ ਸਮਝੇ ਚੁੱਪ ਦੀ ਬੋਲੀ ਕੀ ਇਹ ਚੁੱਪ ਸ਼ੋਰ ਦੀ ਗੋਲੀ ਕੀ ਜਾਣੇ ਸ਼ੋਰ ਹੈ ਚੁੱਪ ਤੋਂ ਡਰਿਆ ਕੌਣ ਹੈ ਖਾਲੀ ਕੌਣ ਹੈ ਭਰਿਆ ਕੌਣ ਜਾਣੇ ਜੋ ਉਹ ਆਖਣ ਉਂਝ ਹੀ ਹੋਵੇ ਕੌਣ ਜਾਣੇ ਜੋ ਉਹ ਆਖਣ ਉਂਝ ਹੀ ਹੋਵੇ ਜੋ ਜਾਪੇ ਨੀ ਹੋਂਦ ਹੈ ਖੌਰੇ ਮੇਰੀ ਅੱਖ ਤੋਂ ਓਹਲੇ ਹੋਵੇ ਜੋ ਜਾਪਦਾ ਹੈ ਝੂਠਾ ਹੋਵੇ ਛਲ ਹੀ ਹੋਵੇ
ਸੋ ਚੱਲ ਚੁੱਪ ਸ਼ੋਰ ਦੀ ਧੁੰਦ ਤੋਂ ਪਾਰ, ਮਤਲਬ ਇਹ ਸਾਰੀ ਉਲਝਣਾ ਤੋਂ ਬਾਅਦ ਖੁਦ ਨੂੰ ਜਿਹੜਾ ਹੈਗਾ ਕਿਹਾ ਕਿ ਚੱਲ ਚੁੱਪ ਸ਼ੋਰ ਦੀ ਧੁੰਦ ਤੋਂ ਪਾਰ, ਚੁੱਪ ਦਾ ਧੁੱਪ ਦਾ ਪਹਿਰਨ ਪਹਿਣ ਜੀਵੀਏ, ਛੰਡ ਨੇਰ ਦੀ ਕਾਲਖ ਤਾਈ, ਚਾਨਣ ਦੀ ਇੱਕ ਘੁੱਟ ਪੀਵੀਏ, ਚਾਨਣ ਦੀ ਇੱਕ ਘੁੱਟ ਪੀਵੀਏ। ਪਰਮਵੀਰ ਬਾਠ ਜੀ ਜਿਹੜੇ ਟੈਲੀਵਿਜ਼ਨ ਦੇ ਉੱਪਰ ਐਂਕਰਿੰਗ ਦਾ ਕੰਮ ਕਰਦੇ ਨੇ, ਉਹ ਵੀ ਮੁਬਾਰਕਬਾਦ ਭੇਜਦੇ ਨੇ ਤੁਹਾਡੇ ਲਈ। ਬਹੁਤ ਮਿਹਰਬਾਨੀ ਪਰਮਵੀਰ ਬਾਠ ਜੀ, ਤੁਹਾਡੇ ਵਰਗੇ ਪੱਤਰਕਾਰ ਇਸ ਗੱਲ ਨਾਲ ਜੁੜੇ ਹੋਏ ਨੇ, ਸੁਣ ਰਹੇ ਨੇ, ਸਾਨੂੰ ਹੋਰ ਇਹਦੇ ਤੋਂ ਐਨਰਜੀ ਮਿਲਦੀ ਹੈਗੀ, ਊਰਜਾ ਮਿਲਦੀ ਹੈ ਜੀ। ਜੀ ਤੇ ਅਗਲਾ ਹੈਗਾ ਜੇ ਮੈਂ ਕਵਿਤਾ ਦੀ ਗੱਲ ਕਰਾਂ, ਜਿਹੜੀ ਜਿਵੇਂ ਤੁਸੀਂ ਕਿਹਾ ਸੀ ਕਿ ਨਵੀਆਂ ਰਚਨਾਵਾਂ ਘੱਟ ਦੇਖਣ ਨੂੰ ਮਿਲੀਆਂ ਉਹਦੇ ਤੇ, ਸੋ ਅਗਲੀ ਕਿਤਾਬ ਦੇ ਵਿੱਚ ਕਈ ਵੱਖ ਵੱਖ ਜਿਹੜੇ ਕਾਂਡ ਉਹਦੇ ਚ ਬਣਾਏ ਨੇ, ਲਾਈਕ ਸੈਕਸ਼ਨ ਬਣਾਏ ਨੇ, ਤੇ ਜਿਨ੍ਹਾਂ ਵਿੱਚੋਂ ਇੱਕ ਸੈਕਸ਼ਨ ਦੇ ਵਿੱਚੋਂ ਮੈਂ ਥੋੜੀਆਂ ਜਿਹੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਪੜਾਂਗੀ। ਤੇ ਉਹ ਜਿਹੜਾ ਪੂਰੇ ਦਾ ਪੂਰਾ ਸੈਕਸ਼ਨ ਆ ਉਹ ਮੇਰਾ ਕਵਿਤਾ ਨਾਲ ਹੀ ਮੇਰੀ ਗੱਲਬਾਤ ਆ, ਤੇ ਨਿੱਕੀਆਂ ਨਿੱਕੀਆਂ ਕਵਿਤਾਵਾਂ ਦੇ ਜ਼ਰੀਏ ਕਵਿਤਾ ਨੂੰ ਹੀ ਮੁਖਾਤੇ ਪਾਵੇ। ਸੋ ਉਹਦੇ ਚ ਮੈਂ ਮਤਲਬ ਕਵਿਤਾ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਜੋ ਲੱਗਦਾ ਮੈਂ ਲਿਖਿਆ ਕਿ ਜਦੋਂ ਰਚਨਾ ਸਾਡੇ ਅੰਦਰ ਹੁੰਦੀ ਆ, ਮਤਲਬ ਚਾਹੇ ਕੋਈ ਕਵੀ ਹੋਵੇ ਜਾਂ ਨਾ ਹੋਵੇ, ਕਿਉਂਕਿ ਵੈਸੇ ਸਾਰਿਆਂ ਵਿੱਚ ਕਵਿਤਾ ਹੁੰਦੀ ਆ ਅੰਦਰ, ਤੇ ਕਈ ਵਾਰੀ ਅਸੀਂ ਸ਼ਬਦਾਂ ਦੇ ਰਾਹੀਂ ਉਹਨੂੰ ਬਿਆਨ ਨਹੀਂ ਕਰ ਪਾਉਂਦੇ, ਬਟ ਇਹਨੂੰ ਮਹਿਸੂਸ ਸਾਰੇ ਕਰ ਸਕਦੇ ਆ ਕਿ ਜਦੋਂ ਕੋਈ ਵੀ ਰਚਨਾ ਜਾਂ ਕੋਈ ਗੱਲ ਸਾਡੇ ਅੰਦਰ ਹੁੰਦੀ ਹੈ ਤਾਂ ਪੂਰੀ ਹੁੰਦੀ ਆ, ਮਤਲਬ ਸਾਰਾ ਕੁਛ ਪਿਆ ਹੁੰਦਾ ਉਹ ਸਾਡੀ ਗੱਲ ਦਾ ਹਿੱਸਾ, ਪਰ ਉਹ ਕਦੇ ਵੀ ਕਾਗਜ਼ ਦੇ ਉੱਤੇ ਉਤਾਰਨ ਬੈਠੋ ਤਾਂ ਪੂਰਾ ਨਹੀਂ ਉਤਰਦਾ ਜੋ ਮੈਂ ਮਹਿਸੂਸ ਕਰਦੀ ਹਾਂ। ਤਾਂ ਇਹ ਇੱਕ ਵਰ ਹੈਗਾ ਕਵੀ ਨੂੰ, ਕਵੀ ਨੂੰ ਇਹ ਜਿਹੜੀ ਗੱਲ ਹੈਗੀ ਇੱਕ ਵਰ ਆ ਮੇਰੇ ਹਿਸਾਬ ਦੇ ਨਾਲ, ਜਿਹੜਾ ਕੁਛ ਅਣਕਿਆ ਰਹਿ ਜਾਂਦਾ ਉਹੀ ਅਣਕਿਹਾ ਸਾਨੂੰ ਉਂਗਲ ਫੜ ਕੇ ਸਾਡੀ ਉਹ ਅਗਲੀ ਲਿਖਤ ਵੱਲ ਤੋਰ ਲੈਂਦਾ, ਫਿਰ ਸਾਨੂੰ ਲੱਗਦਾ ਕਿ ਇਹਦੇ ਚ ਨਹੀਂ ਕਿਹਾ ਗਿਆ ਅੱਗੇ ਲਿਖ ਹੋਰ, ਮਤਲਬ ਸਾਡੀ ਜਿਹੜੀ ਅਣਕਿਹਾ ਰਹਿ ਜਾਂਦਾ ਉਹ ਸਾਨੂੰ ਉਂਗਲ ਫੜ ਕੇ ਤੋਰਦਾ, ਅਗਲੀ ਲਿਖਤ ਲਿਖਣ ਲਈ ਪ੍ਰੇਰਿਤ ਕਰਦਾ, ਉਸ ਅਣਕਹੇ ਨੂੰ ਜਿਹੜੀ ਕਹਿ ਦੇਣ ਦੀ ਸਾਡੀ ਤਲਬ ਹੁੰਦੀ ਆ ਉਹ ਕਾਵ ਦੀ ਕਲਮ ਦੀ ਤੇ ਕਵੀ ਦੀ ਤਿੰਨਾਂ ਦੀ, ਤਿੰਨ ਕੱਕੇ ਇੱਥੇ ਕਾਵ ਕਲਮ ਕਵੀ, ਸੋ ਇਹਨਾਂ ਤਿੰਨਾਂ ਨੂੰ ਜਿਹੜਾ ਅਮੁੱਕ ਰਾਹਾਂ ਦਾ ਪਾਂਧੀ ਬਣਾ ਲੈਂਦਾ, ਤੇ ਫਿਰ ਜਿਹੜਾ ਅਨੰਤ ਸਫ਼ਰ ਹੀ ਮਤਲਬ ਇੱਕ ਕਵੀ ਦੇ ਪੈਰਾਂ ਦੀ ਹੋਣ ਹੀ ਹੋ ਨਿਬੜਦਾ। ਸੋ ਇਸ ਚੀਜ਼ ਦੇ ਵਿੱਚੋਂ ਜਿਹੜਾ ਮੈਂ ਕਵਿਤਾ ਦੇ ਨਾਲ ਹੀ ਗੱਲਾਂ ਕੀਤੀਆਂ ਨੇ, ਦੋ ਤਿੰਨ ਛੋਟੀਆਂ ਛੋਟੀਆਂ ਕਵਿਤਾਵਾਂ ਰਾਹੀਂ ਨਵੀਂ ਕਿਤਾਬ ਦੇ ਵਿੱਚੋਂ ਆਪਣਾ ਜਿਹੜਾ ਕਹਿਣ ਲੱਗੀ ਹਾਂ। ਜ਼ਰੂਰ ਜੀ, ਪਹਿਲਾਂ ਮੈਂ ਇਹ ਕਵਿਤਾ ਇਹ ਖੁੱਲੀ ਕਵਿਤਾ ਦੀ ਫਾਰਮ ਚ ਨੇ ਨਿੱਕੀਆਂ ਨਿੱਕੀਆਂ, ਇਹ ਕਵਿਤਾ ਸ਼ਬਦਾਂ ਚ ਆ ਕੇ ਕੁਝ ਅਧੂਰੀ ਜੀ ਲੱਗਦੀ ਹੈ, ਇਹ ਕਵਿਤਾ ਸ਼ਬਦਾਂ ਚ ਆ ਕੇ ਕੁਝ ਅਧੂਰੀ ਜੀ ਲੱਗਦੀ ਹੈ, ਕਿੰਨੀ ਸੰਪੂਰਨ ਸੀ ਤੂੰ ਜਦ ਮੇਰੇ ਅੰਦਰ ਵਸਦੀ ਸੀ। ਸੋ ਫਿਰ ਜਿਹੜੀ ਹਾਂ ਇੰਨੀ ਗੱਲ ਉਹਨੂੰ ਮੈਂ ਪਹਿਲਾਂ ਕਹੀ ਆ, ਫਿਰ ਕਵਿਤਾ ਨੂੰ ਹੀ ਮੈਂ ਕਿਹਾ ਕਿ ਇਹ ਅਣਕਹੀ ਕਵਿਤਾ, ਨਹੀਂ ਮਿਲਿਆ ਅਜੇ ਤੈਨੂੰ ਸ਼ਬਦਾਂ ਦਾ ਪੈਰਨ, ਇਹ ਮੇਰੀ ਅਣਕਹੀ ਕਵਿਤਾ, ਨਹੀਂ ਮਿਲਿਆ ਅਜੇ ਤੈਨੂੰ ਸ਼ਬਦਾਂ ਦਾ ਪੈਰਨ, ਪਰ ਤਾਂ ਵੀ ਜੀ ਪਰ ਤਾਂ ਵੀ ਮਲ ਬੈਠੀ ਹੈ ਤੂੰ ਮੇਰੇ ਮਨ ਦੀ ਪੂਰੀ ਧਰਾਤਲ, ਇਹ ਮੇਰੀ ਅਣਕਹੀ ਕਵਿਤਾ, ਨਹੀਂ ਮਿਲਿਆ ਅਜੇ ਤੈਨੂੰ ਸ਼ਬਦਾਂ ਦਾ ਪੈਰਨ, ਪਰ ਤਾਂ ਵੀ ਮਲ ਬੈਠੀ ਹੈ ਤੂੰ ਮੇਰੇ ਮਨ ਦੀ ਪੂਰੀ ਧਰਾਤਲ, ਤੂੰ ਮੇਰੀ ਇੱਥੇ ਮਤਲਬ ਹਰ ਕਵੀ ਮਹਿਸੂਸ ਕਰਦਾ ਹੋਊਗਾ, ਤੁਸੀਂ ਕਵਿਤਾ ਪੜ੍ਹਦੇ ਹੋ ਤੁਸੀਂ ਵੀ ਮਹਿਸੂਸ ਕਰਦੇ ਹੋਊਗੇ, ਕਵਿਤਾ ਨੂੰ ਕਹਿ ਰਹੀ ਹਾਂ ਮੈਂ ਕਿ ਤੂੰ ਮੇਰੀ ਅਣਦਿਸਦੀ ਹੋਂਦ ਦੀ ਭੇਤਨ, ਤੂੰ ਮੇਰੀ ਅਣਦਿਸਦੀ ਹੋਂਦ ਦੀ ਭੇਤਨ, ਕਈ ਵਾਰੀ ਅਸੀਂ ਜੋ ਹੁੰਦੇ ਹਾਂ ਉਹ ਸਾਹਮਣੇ ਵਾਲੇ ਨੂੰ ਨਹੀਂ ਦਿਖਦੇ, ਬਹੁਤ ਬਹੁਤ ਸਾਡਾ ਹਿੱਸਾ ਉਹ ਸਾਡੇ ਅੰਦਰ ਪਿਆ ਹੁੰਦਾ, ਤੇ ਉਹ ਜਿਹੜੀ ਕਵਿਤਾ ਸਾਡੇ ਅੰਦਰ ਹੁੰਦੀ ਆ ਉਹ ਸਾਡਾ ਉਸ ਸਾਰੇ ਕਾਸੇ ਨੂੰ ਵੀ ਜਾਣਦੀ ਹੁੰਦੀ ਆ, ਤੂੰ ਮੇਰੀ ਅਣਦਿਸਦੀ ਹੋਂਦ ਦੀ ਭੇਤਨ, ਮੈਂ ਤੇਰੀ ਅਣਦਿਸਦੀ ਹੋਂਦ ਤੋਂ ਜਾਣੂ, ਤੇ ਮੈਂ ਵੀ ਜਾਣਦੀ ਹਾਂ ਕਿ ਤੂੰ ਮੇਰੇ ਅੰਦਰ ਏ, ਚੱਲ ਸਖੀ ਚੱਲ ਸਖੀ ਉਸ ਅਣਕਹੇ ਅਣਦਿਸਦੇ ਦੀ ਬਾਤ ਇੱਕ ਦੂਜੇ ਤਾਈਂ ਕਹਿ ਲਈਏ, ਚੱਲ ਸਖੀ ਉਸ ਅਣਕਹੇ ਅਣਦਿਸਦੇ ਦੀ ਬਾਤ ਇੱਕ ਦੂਜੇ ਤਾਈਂ ਕਹਿ ਲਈਏ, ਸ਼ਬਦਾਂ ਬਾਜੋਂ ਭਟਕਦੇ ਭਾਵਾਂ ਨੂੰ ਵਿੱਚ ਗਲਵੱਕੜੀ ਲੈ ਲਈਏ, ਵਿੱਚ ਗਲਵੱਕੜੀ ਲੈ ਲਈਏ। ਸੋ ਆਪੇ ਨਾਲ ਹੀ ਸਾਡਾ ਸਮਝੌਤਾ ਜਦੋਂ ਕਵਿਤਾ ਅਜੇ ਬਾਹਰ ਨਹੀਂ ਆ ਰਹੀ। ਠੀਕ, ਸੋ ਹਾਂਜੀ ਜੇ ਤੁਹਾਡੀ ਇਜਾਜ਼ਤ ਹੋਵੇ ਇਸੇ ਸੈਕਸ਼ਨ ਨੂੰ ਮੈਂ ਪੂਰਾ ਕਰਦੀ ਹਾਂ, ਥੋੜਾ ਜਿਹਾ ਲੋਕ ਨਿੱਕੀਆਂ ਨਿੱਕੀਆਂ ਕਵਿਤਾਵਾਂ ਹਨ, ਕਿਉਂਕਿ ਮੈਂ ਇੱਕੋ ਤਰ੍ਹਾਂ ਦੀਆਂ ਕਵਿਤਾ ਛੋੜਨ ਦੀ ਤਾਂ ਕੀਤਾ ਕਿ ਉਹ ਇੱਕ ਸੈਕਸ਼ਨ ਲਿਆ ਮੈਂ ਉਹਦੇ ਵਿੱਚੋਂ। ਸੋ ਕਦੇ ਕਦੇ ਏਦਾਂ ਵੀ ਜਾਪਦਾ ਹੁੰਦਾ ਆਪਾਂ ਨੂੰ ਵੀ
ਕਹਿਣ ਸੁਣਨ ਨੂੰ ਕੁਛ ਹੈ ਨੀ ਹਨਾ, ਤਾਂ ਸਾਨੂੰ ਕੁਛ ਲਿਖਣ ਲਈ ਜਾਂ ਕਹਿਣ ਦੇ ਲਈ ਕੁਛ ਨੀ ਬਚਿਆ, ਤਾਂ ਉਦੋਂ ਆਪਣਾ ਵਜੂਦ ਵੀ ਲੱਗਦਾ ਕਿ ਖੁਰ ਭੁਰ ਰਿਹਾ ਹਨਾ। ਸੋ ਪਰ ਜਿਹੜੀ ਕਵਿਤਾ ਹੁੰਦੀ ਆ ਉਦੋਂ ਵੀ ਸਾਡਾ ਸਾਥ ਨੀ ਛੱਡਦੀ, ਉਹ ਵਿੱਥ ਤੇ ਖੜੀ ਹੁੰਦੀ ਆ। ਤੇ ਉਸ ਕਵਿਤਾ ਨੂੰ ਮੈਂ ਕੀ ਕਹਿੰਦੀ ਆ, ਕਵਿਤਾ ਮੇਰੇ ਵਜੂਦ ਦਾ ਹਿੱਸਾ, ਅੱਜ ਉਸੇ ਤੋਂ ਬੇਮੁੱਖ ਹੋ ਕੇ ਆਪਣੇ ਨਾਲ ਰੁੱਸ ਜਾਣ ਨੂੰ ਦਿਲ ਕਰਦਾ। ਕਵਿਤਾ ਜੋ ਮੇਰੇ ਵਜੂਦ ਦਾ ਹਿੱਸਾ, ਅੱਜ ਉਸੇ ਤੋਂ ਬੇਮੁੱਖ ਹੋ ਕੇ ਆਪਣੇ ਨਾਲ ਰੁੱਸ ਜਾਣ ਨੂੰ ਦਿਲ ਕਰਦਾ। ਇੱਥੇ ਆਪਾਂ ਮੇਰੀ ਕਵਿਤਾ ਹੈਗੀ, ਇਹ ਜਾਣਦਿਆਂ ਵੀ ਕਿ ਬਹੁਤ ਔਖਾ ਹੁੰਦਾ ਆਪਣੀ ਲਾਸ਼ ਨੂੰ ਆਪਣੀ ਮੋਢਿਆਂ ਤੇ ਢੋਣਾ। ਬੱਲੇ 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 ਬੱਲੇ, ਵਾਹ 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 ਵਾਹ, ਬਹੁਤ ਸੁਖਮ ਗੱਲ ਹੈ, ਬੱਲੇ ਬੱਲੇ, ਕਿਆ ਬਾਤ ਹੈ ਜੀ। ਇਹ ਜਾਣਦਿਆਂ ਵੀ ਕਿ ਬਹੁਤ ਔਖਾ ਹੁੰਦਾ ਆਪਣੀ ਲਾਸ਼ ਨੂੰ ਆਪਣੀ ਮੋਢਿਆਂ ਤੇ ਢੋਣਾ, ਜ਼ਿੰਦਗੀ ਚ ਵਕਤ ਆਂਦਾ ਜਦ ਕਹਿਣ ਸੁਣਨ ਨੂੰ ਕੁਝ ਨੀ ਬਚਦਾ। ਜ਼ਿੰਦਗੀ ਚ ਵਕਤ ਆਂਦਾ ਜਦ ਕਹਿਣ ਸੁਣਨ ਨੂੰ ਕੁਝ ਨੀ ਬਚਦਾ, ਇਹ ਅਕਸਰ ਹੁੰਦਾ ਹਰੇਕ ਨਾਲ। ਬੇਗਾਨਗੀ ਦੇ ਐਸੇ ਆਲਮ ਚ ਤਿਲ ਤਿਲ ਕਰਕੇ ਮੁੱਕਦਾ ਆਪਾ, ਤਾਂ ਉਦੋਂ ਲੱਗਦਾ ਸ਼ਾਇਦ ਕਦੇ ਮੇਰੇ ਹੀ ਰਾਖ ਬਣੇ ਆਪੇ ਚੋਂ, ਕੁਕਨਸ ਦੀ ਤਰ੍ਹਾਂ ਕੋਈ ਕਵਿਤਾ ਜਨਮ ਲਵੇ, ਕੁਕਨਸ ਦੀ ਤਰ੍ਹਾਂ ਕੋਈ ਕਵਿਤਾ ਜਨਮ ਲਵੇ। ਸੋ ਮੀਨਸ ਕਵਿਤਾ ਤੋਂ ਉਸ ਘੜੀ ਵਿਚ ਵੀ ਤੁਸੀਂ ਪੂਰੀ ਤਰ੍ਹਾਂ ਨਾਲ ਟੁੱਟ ਨੀ ਸਕਦੇ, ਟੁੱਟਣਾ ਚਾਹੁੰਦੇ ਹੋਏ ਵੀ। ਸੋ ਪਰ ਕਦੇ ਕਦੇ ਇੰਜ ਵੀ ਹੁੰਦਾ, ਪਰ ਕਦੇ ਕਦੇ ਇੰਜ ਵੀ ਹੁੰਦਾ ਕਿ ਮਨ ਦੇ ਭਾਵਾਂ ਨੂੰ ਸਾਂਭ ਲੈਂਦੇ ਨੇ ਹੋਂਠ। ਅਸੀਂ ਲਿਖਦੇ ਨੀ, ਮਨ ਦੇ ਭਾਵ ਹੁੰਦੇ ਆ ਸਾਡੇ। ਸ਼ਾਇਦ ਮੈਂ ਕੁਛ ਸੂਖਮ ਗੱਲਾਂ ਕਰ ਰਹੀ ਹਾਂ, ਬਰਦਾਸ਼ਤ ਕਰੋਗੇ, ਕਿ ਅੰਦਰ ਸਾਡੇ ਕੁਛ ਚੱਲ ਰਿਹਾ, ਅਸੀਂ ਉਹਨੂੰ ਲਿਖ ਨੀ ਪਾ ਰਹੇ, ਪਰ ਸਾਡੇ ਹੋਂਠ ਨੂੰ ਗੁਣਗੁਣਾਉਣ ਲੱਗਦੇ ਨੇ। ਇੰਜ ਵੀ ਹੁੰਦਾ ਕਿ ਮਨ ਦੇ ਭਾਵਾਂ ਨੂੰ ਸਾਂਭ ਲੈਂਦੇ ਨੇ ਹੋਂਠ, ਹੋਂਠਾਂ ਦੇ ਬੋਲਾਂ ਨੂੰ ਫਿਰ ਕਲਮ ਕਲਾਵੇ ਭਰਦੀ, ਤਾਂ ਕਹਿਣ ਲੱਗਦੀ ਸਾਰੀ ਦੀ ਸਾਰੀ ਕਾਇਨਾਤ ਕਵਿਤਾ, ਤਾਂ ਕਹਿਣ ਲੱਗਦੀ ਸਾਰੀ ਦੀ ਸਾਰੀ ਕਾਇਨਾਤ ਕਵਿਤਾ। ਸੋ ਇਸ ਤਰ੍ਹਾਂ ਦੇ ਮੇਰੇ ਕਵਿਤਾ ਦੇ ਨਾਲ ਹੋਰ ਵੀ ਇੱਕ ਲੰਬਾ ਚੈਪਟਰ ਇਹ, ਤਾਂ ਮਤਲਬ ਏਦਾਂ ਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਕਵਿਤਾ ਦੇ ਨਾਲ ਮੇਰੀਆਂ ਗੱਲਾਂ ਨੇ। ਤੇ ਬਾਕੀ ਜਿਵੇਂ ਤੁਸੀਂ ਕਹੋਗੇ ਤਾਂ ਇੱਕ ਲਾਸਟ। ਤੁਸੀਂ ਬਹੁਤ ਅੱਛੇ, ਤੁਸੀਂ ਮੈਂ ਥੋੜਾ ਵਰਤੀਆਂ ਸੀ ਦੋ ਚਾਰ ਲਾਈਨਾਂ, ਉਹਨਾਂ ਦੇ ਵਿੱਚ ਬੜਾ ਲੋਕਾਂ ਨੇ ਉਹਦੇ ਤੇ ਵੀ ਰਿਸਪਾਂਸ ਦਿੱਤਾ ਸੀ। ਅਸੀਂ ਕੂੰਜਾਂ ਦੀ ਜੂਨੇ ਆਏ ਨੀ ਮਾਏ, ਦੂਰ ਦੇ ਸਾਡਾ ਚੋਗਾ ਨੀ ਖਿੰਡਿਆ, ਪਰਦੇਸਨ ਆਖ ਸਦਾਏ, ਪਰਦੇਸਨ ਆਖ ਸਦਾਏ। ਹਾਂਜੀ, ਉਹਦੇ ਚ ਮੈਂ ਇੱਕ ਲੰਬਾ ਗੀਤ ਲਿਖਿਆ ਸੀ, ਹੁਣ ਮੇਰੇ ਜੇ ਪੂਰਾ ਧਿਆਨ ਚ ਨਹੀਂ। ਬਾਬਲ ਨੂੰ ਤੇ ਵੀਰ ਨੂੰ ਤੇ ਮਾਂ ਨੂੰ ਸੁਬੋਧਨ, ਪੱਖ ਵੱਖ ਸਤਰਾਂ ਸੀਗੀਆਂ। ਅਸੀਂ ਚਿੜੀਆਂ ਦੀ ਜੁਣੇ ਆਏ ਬੇ ਬਾਬਲ, ਕਦੇ ਜਿਉਣ ਚਿੜੀਏ ਕਦੇ ਮਰ ਚਿੜੀਏ, ਇਹ ਤਾਂ ਲੇਖ ਲਿਖਾਏ ਬੇ ਬਾਬਲ। ਸੋ ਇਸ ਤਰ੍ਹਾਂ ਦੇ ਵੀਰ ਨੂੰ ਸੁਬੋਧਨ ਸੀਗਾ, ਤੇ ਵੱਖ ਵੱਖ ਮਤਲਬ ਲਿਖੇ ਸੀਗੇ ਉਹਦੇ ਤੇ ਮੈਂ। ਇਸੇ ਕਵਿਤਾ ਵਾਲੇ ਸੈਕਸ਼ਨ ਦਾ ਮੈਂ ਦੋ ਸਤਰਾਂ ਨਾਲ ਅੰਤ ਕਰਦੀ ਹਾਂ, ਵਿੱਚ ਵਾਲੀਆਂ ਮੈਂ ਛੱਡ ਰਹੀ ਹਾਂ। ਕਿ ਅਖੀਰ ਦੇ ਉੱਤੇ ਇੱਕ ਅਣਕਹੀ ਕਵਿਤਾ ਦੇ ਨਾਂ, ਉਸ ਜੋ ਮੈਨੂੰ ਅਸ਼ੋਪਲੇ ਜੇ ਆਣ ਮਿਲਦੀ ਹੈ ਹਰ ਕਵਿਤਾ ਦੀ ਅੰਤਲੀ ਸਤਰ ਲਿਖਣ ਵੇਲੇ, ਤੇ ਮੇਰੀ ਕਲਮ ਨੂੰ ਚੁੱਪ ਚੁਪੀਤੇ ਉਂਗਲ ਫੜ ਨਾਲ ਤੋਰ ਲੈਂਦੀ ਹੈ। ਸੋ ਇਹ ਇਸ ਤਰ੍ਹਾਂ ਦੇ ਨਾਲ ਇਹ ਥੋੜੀਆਂ ਜਿਹੀਆਂ ਕਵਿਤਾਵਾਂ ਦੇ ਕਵਿਤਾ ਆਪਣੀ ਹੀ ਕਵਿਤਾ ਦੇ ਨਾਲ ਜਿਹੜੀਆਂ ਗੱਲਾਂ ਸਨ ਮੇਰੀਆਂ। ਮੈਨੂੰ ਇਹ ਥੋੜਾ ਜਿਹਾ ਆਪਾਂ ਹਾਲਾਤ ਵੀ, ਕਿਉਂਕਿ ਲੇਖਕ ਜਿਹੜੇ ਹੁੰਦੇ ਨੇ ਉਹ ਸੂਖਮ ਬੁੱਧੀ ਵਾਲੇ ਚੇਤਨ ਵੀ ਹੁੰਦੇ ਨੇ, ਬਤੌਰ ਚਿੰਤਕ ਉਹਨਾਂ ਦਾ ਇੱਕ ਰਿਸਪਾਂਸ ਹੁੰਦਾ ਆਪਣੀ ਸੋਸਾਇਟੀ ਵਾਸਤੇ ਫੀਲ ਕਰਨ ਦਾ, ਉਹਨੂੰ ਬੈਟਰ ਬਣਾਉਣ ਦਾ। ਤੇ ਅੱਜ ਦੇ ਹਾਲਾਤ ਦੇ ਸਿਲਸਿਲੇ ਵਿੱਚ ਥੋੜਾ ਕਰੋਨਾ ਤੋਂ ਸ਼ੁਰੂ ਕਰ ਲਈਏ, ਤੇ ਫਿਰ ਮੈਂ ਹੋਰ ਗੱਲਾਂ ਵੀ ਪੁੱਛਾਂਗਾ। ਕਰੋਨਾ ਬਾਰੇ ਤੁਹਾਨੂੰ, ਕਿਉਂਕਿ ਤੁਸੀਂ ਅਖੀਰ ਨੂੰ ਅਧਿਆਪਨ ਦੇ ਕਾਰਜ ਚ ਹੋ, ਤੁਸੀਂ ਕਿਵੇਂ ਵੇਖਦੇ ਹੋ ਇਸ ਸਾਰੀ ਗੱਲ ਨੂੰ ਹੁਣ ਤੱਕ ਜੋ ਕੁਝ ਤੁਸੀਂ ਸੁਣਿਆ ਜਾਂ ਸਮਝਿਆ? ਜੀ ਜੀ ਮਾਨ ਸਾਹਿਬ, ਜਿਸ ਤਰ੍ਹਾਂ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਦੇਖਿਆ ਆਪਾਂ ਇਹਦੇ ਤੇ, ਕਿਉਂਕਿ ਸਾਰੇ ਮਤਲਬ ਜਿਹੜੇ ਬੜੀ ਉਹਦੇ ਨਾਲ ਚੇਤਰਾਂ ਦੇ ਨਾਲ ਵਿਚਰੇ ਨੇ ਲੋਕ, ਖੈਰ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਨੇ, ਆਪਾਂ ਸਾਰੀਆਂ ਗੱਲਾਂ ਚ ਨਹੀਂ ਜਾਉਂਗੇ। ਮੈਂ ਉਹ ਗੱਲ ਕਰਨ ਦਾ ਯਤਨ ਕਰਾਂਗੀ ਜੋ ਪ੍ਰਭਾਵ ਮਤਲਬ ਮੈਨੂੰ ਜਾਪੇ ਨੇ ਇਹਦੇ, ਹਨਾ, ਜਾਂ ਪੈ ਰਹੇ ਨੇ ਜਾਂ ਪੈਣਗੇ ਅੱਗੇ ਜਾ ਕੇ। ਮੈਂ ਜਸਟ ਸੰਖੇਪ ਚ ਉਹਨਾਂ ਦੀ ਗੱਲ ਕਰਾਂਗੀ, ਹਨਾ। ਸੋ ਡਿਟੇਲ ਵਿੱਚ ਨੀ ਆਪਾਂ ਨੂੰ ਜਾਣ ਦੀ ਲੋੜ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਨਾ ਕਿੱਥੋਂ ਆਇਆ, ਕਿਵੇਂ ਹੋਇਆ, ਕੀ ਹੋਇਆ, ਉਹਦੇ ਬਾਰੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਚੱਲੀਆਂ, ਰਾਜਨੀਤੀ ਚੱਲੀ, ਕਾਫੀ ਲੰਬੀਆਂ ਗੱਲਾਂ ਨੇ। ਅਸੀਂ ਸ਼ੁਰੂਆਤ ਦੇ ਵਿੱਚ ਸਾਰਿਆਂ ਨੇ ਇੱਕ ਪ੍ਰਭਾਵ ਕਬੂਲਿਆ ਸੀ ਇਹਦਾ, ਕਿ ਹੁਣ ਜਿਹੜਾ ਹੈਗਾ ਮਨੁੱਖ ਦੀਆਂ ਗਤੀਵਿਧੀਆਂ ਜਿਹੜੀਆਂ ਕਿ
गैर कुदरती सन उन्हां नूं ठल पई आ। ठीक है, ओह कोरोना की आ, कोरोना दे ओह इक वखरा इशू सारे जानदे आ ना। ਇਹਦਾ ਸਟਾਰਟਿੰਗ ਚ ਪ੍ਰਭਾਵ ਇਹ ਕਬੂਲਿਆ ਸੀ ਅਸੀਂ ਹੈ ਨਾ ਕਿ ਗੈਰ ਕੁਦਰਤੀ ਜਿਹੜੇ ਵੀ ਮਨੁੱਖ ਕੰਮ ਕਰ ਰਿਹਾ, ਚਾਹੇ ਉਹ ਪ੍ਰਦੂਸ਼ਣ ਕਰ ਰਿਹਾ, ਨਦੀਆਂ ਖਰਾਬ ਕਰ ਰਿਹਾ, ਹਵਾ ਖਰਾਬ ਕਰ ਰਿਹਾ, ਜਾਂ ਜਿਹੜੀ ਉਹਦੀ ਸਪੀਡ ਹੈਗੀ ਆ ਹਨਾ, ਗਲੋਬਲਾਈਜੇਸ਼ਨ ਦਾ ਪ੍ਰਭਾਵ ਹੈਗਾ, ਉਹਨੂੰ ਠੱਲ ਪਈ ਆ ਤੇ ਕੁਦਰਤ ਨੇ ਜਿਹੜਾ ਇਹ ਇੱਕ ਵਰਤਾਰਾ ਖੇਡਿਆ, ਇਹ ਇਸ ਤਰ੍ਹਾਂ ਦਾ ਆਪਾਂ ਪ੍ਰਭਾਵ ਲਿਆ ਸੀ ਹੈ ਨਾ। ਤੇ ਜੋ ਸੱਚ ਵੀ ਸੀ ਸਾਨੂੰ ਮਤਲਬ ਸ਼ੁਰੂਆਤੀ ਦੌਰ ਦੇ ਵਿੱਚ ਲੱਗਿਆ ਸੀ ਕਿ ਵਾਕਈ ਕਾਇਨਾਤ ਆ ਜਿਹੜੀ ਖਿੜ ਗਈ ਆ ਹਨਾ। ਸਹੀ ਹੈ, ਪਰ ਜੋ ਮੈਂ ਮਹਿਸੂਸ ਕੀਤਾ, ਇਹ ਸ਼ਾਇਦ ਮੇਰਾ ਨਿੱਜੀ ਰਾਏ ਹੋ ਸਕਦੀ ਆ ਹਨਾ, ਕੁਛ ਸਮੇਂ ਬਾਅਦ ਉਹ ਇੱਕ ਮਤਲਬ ਜਿਹੜੀ ਕਹਿ ਲਓ, ਜਿਹਨੂੰ ਮੈਂ ਕਹਿ ਸਕਦੀ ਹਾਂ ਕਿ ਇੱਕ ਹੋਰ ਜਿਹੜੀ ਇੱਕ ਮਨੁੱਖ ਦਾ ਇੱਕ ਵਰਗ ਹੁੰਦਾ, ਮਨੁੱਖ ਤਾਂ ਉਹਨੂੰ ਕਹਿਣ ਨੂੰ ਦਿਲ ਨਹੀਂ ਕਰਦਾ, ਇੱਕ ਵਰਗ ਐਸਾ ਹੈ ਜਿਹੜਾ ਹਰ ਤੌਰ ਦੇ ਵਿੱਚ ਆਪਣੇ ਜਿਹੜੇ ਲਾਭ ਦੇਖਦਾ ਤੇ ਆਪਣੇ ਹਿੱਤ ਦੇਖਦਾ। ਠੀਕ, ਜਦੋਂ ਪੂਰੇ ਦੇ ਪੂਰੀ ਮਨੁੱਖ ਜਾਤੀ ਇਹ ਮਹਿਸੂਸ ਕਰ ਰਹੀ ਸੀ ਕਿ ਯੈਸ ਕੁਦਰਤ ਦਾ ਇਹ ਖੇਡ ਖੇਡਿਆ ਹੋਇਆ ਤੇ ਹੁਣ ਕੁਦਰਤ ਆਪਣਾ ਰੰਗ ਦਿਖਾ ਰਹੀ ਆ, ਤੇ ਲੱਗਦਾ ਸੀ ਕਿ ਮਨੁੱਖੀ ਸੋਚ ਬਦਲੂਗੀ, ਲੱਗਦਾ ਸੀ ਕਿ ਮਨੁੱਖ ਆਪਣੀਆਂ ਲੋੜਾਂ ਨੂੰ ਸੀਮਿਤ ਕਰੂਗਾ, ਲੱਗਦਾ ਸੀ ਕਿ ਮਨੁੱਖ ਨੂੰ ਪਤਾ ਲੱਗ ਗਿਆ ਕਿ ਬਹੁਤ ਥੋੜੀਆਂ ਚੀਜ਼ਾਂ ਨਾਲ ਵੀ ਸਰ ਸਕਦਾ ਹੈ ਨਾ। ਇਹ ਆਪਾਂ ਸਾਰਿਆਂ ਨੇ ਕੋਮਨਲੀ ਮਹਿਸੂਸ ਕੀਤਾ ਸੀ, ਪਰ ਬਹੁਤ ਅਫਸੋਸ ਹੋਇਆ ਜਦੋਂ ਥੋੜਾ ਜਿਹਾ ਸਮਾਂ ਪੈ ਕੇ ਜਿਹੜੇ ਮੁਨਾਫਾਖੋਰੀ ਜਿਹੜਾ ਵਰਗ ਹੁੰਦਾ ਉਹਨੇ ਆਪਣਾ ਜਿਹੜਾ ਅਸਲੀ ਰੂਪ ਦਿਖਾਤਾ, ਉਹਨੇ ਇਸ ਦੌਰ ਦੇ ਵਿੱਚ ਵੀ ਆਪਣੇ ਜਿਹੜੇ ਹਿੱਤ ਲੱਭਣੇ ਸ਼ੁਰੂ ਕਰ ਦਿੱਤੇ। ਉਹ ਗਲੋਬਲ ਪੱਧਰ ਤੇ ਵੀ ਹੋਇਆ, ਉਹ ਤੁਸੀਂ ਕੰਟਰੀ ਲੈਵਲ ਤੇ ਵੀ ਦੇਖ ਸਕਦੇ ਹੋ, ਉਹ ਤੁਸੀਂ ਸਮਾਜ ਦੇ ਨਿੱਕੇ ਨਿੱਕੇ ਹਿੱਸਿਆਂ ਚ ਵੀ ਦੇਖ ਸਕਦੇ ਹੋ। ਮਸਲਨ ਕਿ ਉਸ ਦੌਰ ਦੇ ਵਿੱਚ ਇੱਕ ਵਰਗ ਉਹ ਸੀ ਜਿਹੜਾ ਸੇਵਾ ਤੇ ਲੱਗ ਗਿਆ। ਠੀਕ ਹੈ, ਇੱਕ ਵਰਗ ਉਹ ਸੀ ਜਿਹੜਾ ਵਪਾਰੀ ਵਰਗ ਜਿਹਨੇ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ, ਤੇ ਉਸ ਤੋਂ ਵੀ ਅੱਗੇ ਸਮਾਜ ਦੀਆਂ ਐਸੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਮਤਲਬ ਜਿਹੜਾ ਆਪਣਾ ਜਿਹੜੇ ਉਹਨਾਂ ਦੇ ਮਜ਼ਦੂਰ ਕਹਿ ਲਓ ਜਾਂ ਉਹਨਾਂ ਦਾ ਕਾਮਾ ਵਰਗ ਕਹਿ ਲਓ ਹਨਾ, ਤਾਂ ਇਸ ਜਿਹੜੀਆਂ ਇੰਡਸਟਰੀਜ਼ ਨੇ ਹਨਾ, ਇੱਕ ਪਾਸੇ ਤਾਂ ਮਤਲਬ ਚਲੋ ਕੁਛ ਲੌਸ ਉਹਨਾਂ ਦੇ ਹੋਏ ਆ, ਕਈ ਐਸੀਆਂ ਇੰਡਸਟਰੀਜ਼ ਜਿੱਥੇ ਉਹਨਾਂ ਦਾ ਆਪਣਾ ਕੋਈ ਲੌਸ ਨਹੀਂ ਹੋਇਆ, ਪਰ ਫਿਰ ਵੀ ਉਹਨਾਂ ਨੇ ਆਪਣੇ ਵਰਕਰਸ ਦੇ ਨਾਲ ਜਿਹੜਾ ਹੈਗਾ ਬਹੁਤ ਹੀ ਅਣਮਨੁੱਖੀ ਵਰਤਾਰੇ ਵਿਹਾਰ ਕੀਤਾ, ਲਾਈਕ ਉਹਨਾਂ ਨੂੰ ਮਤਲਬ ਕਹਿ ਲਓ ਸੈਲਰੀਜ਼ ਘੱਟ ਦੇਣੀਆਂ ਨਾ ਦੇਣੀਆਂ ਹਨਾ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ। ਤਾਂ ਇੱਥੇ ਮਤਲਬ ਲੱਗਦਾ ਕਿ ਜਿਹੜਾ ਮਨੁੱਖ ਆ ਮਤਲਬ ਬੜਾ ਸੋਚਣ ਲਈ ਮਜਬੂਰ ਕਰਦਾ ਕਿ ਅਸੀਂ ਮਨੁੱਖ ਨੂੰ ਕਹਿੰਦੇ ਹਾਂ ਵੀ ਸਰਬ ਉੱਤਮ ਜੀਵ ਆ, ਗੁਰਬਾਣੀ ਨੇ ਵੀ ਸਾਨੂੰ ਇਹ ਦਰਜਾ ਦਿੱਤਾ ਕਿ ਅਸੀਂ ਚੰਗਾ ਮਾੜਾ ਸੋਚ ਸਕਦੇ ਹਾਂ ਹਨਾ, ਤਾਂ ਵੀ ਸਾਡੇ ਵਿੱਚ ਉਹ ਕਿਹੜੀਆਂ ਬਿਰਤੀਆਂ ਨੇ, ਸਾਰੀ ਨੀ, ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਸੇਵਾ ਚ ਉੱਤਰ ਆਏ ਜਿਨ੍ਹਾਂ ਨੇ ਆਪਣਾ ਪੂਰਾ ਹੀ ਦਾਅ ਤੇ ਲਾਤਾ। ਸਾਡੇ ਸਾਹਮਣੇ ਇੱਕ ਐਗਜ਼ਾਮਪਲ ਬਹੁਤ ਨੇੜੇ ਇੱਥੇ ਰਹਿੰਦੇ ਕਿ ਜਿਨ੍ਹਾਂ ਨੇ ਆਪਣੀ ਕੁਛ ਜ਼ਮੀਨ ਵੇਚ ਕੇ ਵੀ ਸਲੇਖੇ ਲਾਈ ਸੀ ਕਿ ਵੀ ਮੇਰੇ ਵੱਲੋਂ ਹਨਾ। ਤੇ ਪਰ ਉਹ ਜਿਹੜਾ ਵਰਗ ਹੈਗਾ ਵਪਾਰੀ ਵਰਗ ਮੁਨਾਫਾਖੋਰੀ ਤੇ ਉੱਤਰ ਆਇਆ ਹਨਾ, ਤਾਂ ਉਸ ਤੋਂ ਵੀ ਅਗਲਾ ਪ੍ਰਭਾਵ ਜਿਹੜਾ ਇੱਕ ਇਹ ਹੋ ਗਿਆ, ਇੱਕ ਕਿ ਦੁੱਖ ਉਦੋਂ ਹੁੰਦਾ ਕਿ ਜਦੋਂ ਲੱਗਦਾ ਕਿ ਲੱਗਦਾ ਸੀ ਕਿ ਹੁਣ ਜਿਹੜੀ ਪ੍ਰਕਿਰਤੀ ਆ ਕੁਦਰਤ ਆ ਬੜੇ ਸੰਤੁਲਨ ਪੈਦਾ ਕਰ ਦੂਗੀ ਹਨਾ, ਪਰ ਇੱਕ ਬੜੀ ਤ੍ਰਾਸਿਕ ਗੱਲ ਵਾਪਰ ਰਹੀ ਆ ਤੇ ਵਾਪਰਨ ਜਾ ਰਹੀ ਆ। ਇਹ ਵੀ ਮੇਰਾ ਹੀ ਜਿਹੜੀ ਥੋੜੀ ਕਹਿ ਲਓ ਸੋਚ ਹੈਗੀ ਆ, ਤੁਸੀਂ ਸਹਿਮਤ ਹੋ ਗਏ ਇਹਦੇ ਨਾਲ, ਕਿ ਕਰੋਨਾ ਦਾ ਇੱਕ ਬਹਾਨਾ ਬਣਿਆ ਕਹਿ ਲਓ, ਜਾਂ ਕਰੋਨਾ ਦੇ ਆਉਣ ਨਾਲ ਇੱਕ ਟ੍ਰਾਂਜੀਸ਼ਨ ਪੀਰੀਅਡ ਸ਼ੁਰੂ ਹੋਇਆ ਜਿਹੜਾ ਥੋੜਾ ਥੋੜਾ ਪਹਿਲਾਂ ਹੀ ਸ਼ੁਰੂ ਸੀ। ਵਿਦਿਅਕ ਸੰਸਥਾਵਾਂ ਦੇ ਵਿੱਚ ਅਸੀਂ ਦੇਖ ਰਹੇ ਸੀ ਕਿ ਬਹੁਤਾ ਕੁਛ ਜਿਹੜਾ ਹੈਗਾ, ਜਿਹੜੀ ਸਟੱਡੀ ਆ, ਇੰਪਾਰਟਿੰਗ ਆਫ ਨੌਲੇਜ ਆ, ਉਹ ਥਰੂ ਇੰਟਰਨੈਟ ਸੀ। ਠੀਕ ਹੈ, ਸਟਾਰਟ ਹੋ ਚੁੱਕੀ ਸੀ, ਲੇਕਿਨ ਕੋਰੋਨਾ ਦੇ ਆਉਣ ਦੇ ਨਾਲ ਇਹ ਜਿਹੜਾ ਸਾਡਾ ਸਮਾਜ, ਯਾਨੀ ਕਿ ਖਾਸ ਕਰਕੇ ਮੈਂ ਭਾਰਤੀ ਤੇ ਭਾਰਤ ਵਿੱਚੋਂ ਵੀ ਮੈਂ ਪੰਜਾਬ ਦੇ ਸਮਾਜ ਦੀ ਗੱਲ ਕਰਾਂ, ਪੰਜਾਬੀ ਸਮਾਜ ਦੀ ਗੱਲ ਕਰਾਂ, ਤਾਂ ਅਸੀਂ ਲਿਮਿਟਡ ਲੋਕ ਨੇ ਜਿਹੜੇ ਸਟੱਡੀ ਦੇ ਲਈ ਇਹਨੂੰ ਇੰਟਰਨੈਟ ਨੂੰ ਯੂਜ਼ ਕਰਦੇ ਸੀ। ਸਾਡੀ ਬਹੁਤ ਸਾਰੀ ਯੂਥ ਆ ਜਿਹੜੀ ਸੋਸ਼ਲ ਮੀਡੀਆ ਲਈ ਯੂਜ਼ ਕਰ ਰਹੀ ਆ, ਬਹੁਤ ਸਾਰੇ ਲੋਕ ਨੇ ਜਿਹੜੇ ਬੱਚਿਆਂ ਦਾ ਹੈਗਾ ਜਿਹੜਾ ਇੱਕ ਧਿਆਨ ਉਹ ਹੈਗਾ ਗੇਮਸ ਵੱਲ ਹਨਾ, ਲੇਕਿਨ ਸਟੱਡੀ ਲਈ ਇਹਨੂੰ ਯੂਜ਼ ਨਹੀਂ ਸੀ ਕਰ ਰਹੇ। ਸੋ ਕੋਰੋਨਾ ਪੀਰੀਅਡ ਦੇ ਆਉਣ ਦੇ ਨਾਲ ਸਕੂਲਾਂ ਵੱਲੋਂ ਤੇ ਕਾਲਜਾਂ ਵੱਲੋਂ ਜਿਹੜੀ ਆਨਲਾਈਨ ਪੜ੍ਹਾਈ ਦੀ ਪਿਰਤ ਜਿਹੜੀ ਆ ਉਹਨੂੰ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ, ਤੇ ਪਰ ਦੁਖਾਂਤ ਇਹ ਆ ਕਿ ਸਾਡੇ ਜਿਹੜੇ ਜ਼ਿਆਦਾਤਰ ਬੱਚੇ ਨੇ ਸ਼ਹਿਰਾਂ ਨੂੰ ਛੱਡ ਕੇ ਉਹ ਇਹਨੂੰ ਉਸ ਤਰ੍ਹਾਂ ਦੇ ਨਾਲ ਹੈਂਡਲ ਨਹੀਂ ਕਰ ਪਾ ਰਹੇ। ਆਉਣ ਵਾਲੇ ਸਮੇਂ ਚ ਇਹ ਹੋਏਗਾ ਕਿ ਸਾਰੇ ਦੇ ਸਾਰੇ ਬੱਚੇ ਇਹਦੇ ਨਾਲ ਜੁੜ ਜਾਣਗੇ। ਮੈਂ ਇੱਕ ਸਟੋਰੀ ਪੜ੍ਹੀ ਸੀ ਜਿਹਦੇ ਚ ਭਵਿੱਖ ਦੇ ਇੱਕ ਸਕੂਲ ਨੂੰ ਦਿਖਾਇਆ ਗਿਆ ਸੀ ਕਿ ਸਾਰਾ ਕੁਛ ਵਰਚੁਅਲ ਆ, ਤੇ ਉਹ ਫਿਰ ਪਿਛਲੀ ਕੋਈ ਉਹਨਾਂ ਨੂੰ ਕਿਤਾਬ ਲੱਭਦੀ ਆ, ਉਹ ਕਹਿੰਦੇ ਇਹ ਕੀ ਹੁੰਦੀ ਆ ਜਿਹਦੇ ਚ ਸਕੂਲ ਬਾਰੇ ਲਿਖਿਆ ਹੁੰਦਾ, ਵੀ ਪਹਿਲਾਂ ਸਕੂਲ ਇਹੋ ਜਿਹੇ ਹੁੰਦੇ ਸੀ, ਬਿਲਡਿੰਗਸ ਹੁੰਦੀਆਂ ਸੀ, ਸੱਚੀ ਮੁੱਚੀ ਦਾ ਟੀਚਰ ਹੁੰਦਾ ਸੀ,
ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਆਨਲਾਈਨ ਸਟੱਡੀ ਦਾ ਸਿਸਟਮ ਬਣ ਗਿਆ ਉਹਦੇ ਨਾਲ ਇੱਕ ਵੱਡਾ ਵਰਗ ਆ ਜਿਹੜਾ ਆਉਣ ਵਾਲੇ ਸਮੇਂ 'ਚ, ਅੱਜ ਸਾਨੂੰ ਘੱਟ ਮਹਿਸੂਸ ਹੁੰਦਾ, ਆਉਣ ਵਾਲੇ ਸਮੇਂ 'ਚ ਜਿਹੜਾ ਬੇਰੁਜ਼ਗਾਰੀ ਦਾ ਸ਼ਿਕਾਰ ਹੋਏਗਾ, ਉਹੀ ਬੰਦਾ ਸਰਵਾਈਵ ਕਰ ਪਾਏਗਾ ਜਿਹੜਾ ਮਲਟੀ ਟਾਸਕਿੰਗ ਪਲੱਸ ਆਈ ਟੀ ਨਾਲ ਸੰਬੰਧਿਤ ਆਪਣੇ ਆਪ ਨੂੰ ਲੈਸ ਕਰ ਲਏਗਾ, ਹਨਾ। ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਭਾਵ ਆ ਸਾਨੂੰ ਉਹ ਵੀ ਇਸ ਦੌਰ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੇ ਆ, ਚਾਹੇ ਸ਼ੁਰੂਆਤ ਉਹਦੀ ਪਹਿਲਾਂ ਹੀ ਹੋ ਚੁੱਕੀ ਸੀ, ਪਰ ਇਸ ਸਮੇਂ ਦੇ ਵਿੱਚ ਉਹ ਇੱਕ ਕੋਰੋਨਾ ਦਾ ਇੱਕ ਬਣ ਗਿਆ ਬਹਾਨਾ ਵੀ ਆਪਾਂ ਨੂੰ ਸ਼ਬਦ ਦੇ ਸਕਦੇ ਹਾਂ ਜਾਂ ਕਾਰਨ ਕਹਿ ਸਕਦੇ ਹਾਂ ਕਿ ਇਹ ਵੀ ਹੋ ਰਿਹਾ, ਠੀਕ ਹੈ। ਜਿਹੜਾ ਕਿ ਟੋਟਲ ਜੋ ਕੁੱਲ ਮਿਲਾ ਕੇ ਮੈਂ ਮਹਿਸੂਸ ਕਰਦੀ ਹਾਂ ਕਿ ਇਹ ਸਹੀ ਨਹੀਂ ਹੈ, ਕਾਰਨ ਕਿ ਅਸੀਂ ਖੁਦ ਟੀਚਿੰਗ ਉਹਦੇ ਵਿੱਚ ਹੈਗੇ ਹਾਂ, ਫੀਲਡ ਵਿੱਚ ਆ, ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਤਰ੍ਹਾਂ ਦੇ ਨਾਲ ਬੱਚੇ ਨਾਲ ਨਹੀਂ ਜੁੜ ਪਾ ਰਹੇ, ਠੀਕ ਹੈ। ਤੇ ਇੱਕ ਜਿਹੜਾ ਟੀਚਰ ਦੀ ਗੁਰੂ ਦੀ ਉਹ ਮਹੱਤਤਾ ਖਤਮ ਹੁੰਦੀ ਜਾ ਰਹੀ ਆ, ਔਰ ਇਸ ਜਿਹੜੇ ਦੌਰ ਦੇ ਬੱਚੇ ਆ ਚਾਹੇ ਉਹ ਅਧਿਆਪਕ ਆ, ਦੋਨੋਂ ਹੀ ਇੱਕ ਮੈਂਟਲੀ ਜਿਹੜੇ ਸਟ੍ਰੈਸ ਦੇ ਵਿੱਚੋਂ ਗੁਜ਼ਰ ਰਹੇ ਨੇ। ਤਾਂ ਇਹ ਜਿਹੜਾ ਕਹਿ ਲਓ ਪੀੜ੍ਹੀ ਕਹਿ ਲਓ, ਜਿਵੇਂ ਹੁੰਦਾ ਨੀ ਕਈ ਵਾਰੀ ਕਿ ਕੋਈ ਹਾਲਾਤ ਬਣਦੇ ਨੇ ਚਾਹੇ ਉਹ ਵਿਸ਼ਵ ਲੈਵਲ ਦੇ ਹੋਣ ਕਿਸੇ ਵੀ ਪੱਧਰ ਦੇ ਹੋਣ, ਕਿ ਉਸ ਪੀੜ੍ਹੀ ਨੂੰ ਉਹਨੂੰ ਭੁਗਤਣਾ ਪੈਂਦਾ, ਹਨਾ। ਆਪਾਂ ਡਿਟੇਲ 'ਚ ਨਹੀਂ ਜਾਵਾਂਗੇ, ਬਹੁਤ ਸਾਰੇ ਦੁਨੀਆਂ ਦੇ ਵਿੱਚ ਹਾਲਾਤ ਬਣਦੇ ਆ ਤੇ ਫਿਰ ਪਰਟੀਕੁਲਰ ਉਸ ਦੌਰ ਦੀ ਜਿਹੜੀ ਪੀੜ੍ਹੀ ਆ ਉਹਨੂੰ ਸਾਰੀ ਉਮਰ ਭੁਗਤਦੀ ਆ, ਆਉਣ ਵਾਲੀਆਂ ਪੀੜ੍ਹੀਆਂ ਉਹਦੀ ਆਦਤ ਬਣਾ ਲੈਂਦੀਆਂ ਨੇ, ਠੀਕ ਹੈ। ਬਟ ਉਸ ਦੌਰ ਦੀ ਪੀੜ੍ਹੀ ਨੂੰ ਬਹੁਤ ਭੁਗਤਣਾ ਪੈਂਦਾ ਕਿਉਂਕਿ ਉਹਨੂੰ ਮੈਂਟਲੀ ਮਾਨਸਿਕ ਤੌਰ ਤੇ ਉਹਨਾਂ ਗੱਲਾਂ ਦੇ ਲਈ ਤਿਆਰ ਹੋਣਾ ਪੈਂਦਾ। ਸੋ ਜਿਹੜੇ ਇਸ ਤਰ੍ਹਾਂ ਦੇ ਪ੍ਰਭਾਵ ਕੋਰੋਨਾ ਦੇ ਹੈਗੇ ਨੇ ਮੈਂ ਦੇਖਿਆ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਥੋੜੀ ਜਿਹੀ ਇਹਦੇ ਤੇ ਆਪਣੀ ਗੱਲ ਜਾਰੀ ਰੱਖ ਸਕਦੀ ਹਾਂ। ਜ਼ਰੂਰ ਜ਼ਰੂਰ, ਬਿਲਕੁਲ ਬਿਲਕੁਲ ਜੀ, ਬਹੁਤ ਇੰਪੋਰਟੈਂਟ। ਹਾਂਜੀ ਹਾਂਜੀ, ਦੇਖਿਆ ਜਾਵੇ ਨਾ ਕਿ ਬਹੁਤ ਸਾਰੇ ਜਿਹੜੇ ਤੁਸੀਂ ਅੱਜ ਦੀ ਡੇਟ ਵਿੱਚ, ਮੈਨੂੰ ਨੀ ਪਤਾ ਕਿ ਸਧਾਰਨ ਜਿਹੜੇ ਲੋਕ ਇਸ ਚੀਜ਼ ਨੂੰ ਮਹਿਸੂਸ ਕਰ ਪਾ ਰਹੇ ਆ ਜਾਂ ਨਹੀਂ, ਪਰ ਇਹ ਗੱਲ ਵੀ ਸਾਨੂੰ ਮੰਨਣੀ ਪਊਗੀ ਕਿ ਸਧਾਰਨ ਲੋਕਾਂ ਦੇ ਵਿੱਚ ਅਸਧਾਰਨ ਸ਼ਕਤੀ ਹੁੰਦੀ ਹੈ, ਜਿਹਨੂੰ ਬਸ ਥੋੜਾ ਜਿਹਾ ਟੱਚ ਦੇਣ ਦੀ ਲੋੜ ਹੁੰਦੀ ਆ, ਜਗਾਉਣ ਦੀ ਲੋੜ ਹੁੰਦੀ ਆ, ਹਨਾ। ਹੁਣ ਦੇਖਿਆ ਜਾਵੇ ਨਾ ਤਾਂ ਜੇ ਆਪਾਂ ਥੋੜਾ ਜਿਹਾ ਵੀ ਗੌਰ ਨਾਲ ਦੇਖੀਏ, ਜਿਹ ਚੋਂ ਕੋਰੋਨਾ ਵੀ ਵਨ ਆਫ ਦੈਮ, ਹਨਾ, ਕੋਰੋਨਾ ਦੇ ਨਾਲ ਜਿਹੜੀ ਸਿਚੁਏਸ਼ਨ ਬਣੀ ਆ ਜਾਂ ਇਹ ਬਣਾਈ ਗਈ ਆ, ਮੈਂ ਇਸ ਐਂਗਲ ਤੋਂ ਲੈ ਰਹੀ ਹਾਂ, ਬਣਾਈ ਗਈ ਆ, ਹਨਾ। ਅੱਜ ਜੇ ਅਸੀਂ ਦੇਖਦੇ ਹਾਂ ਕਿ ਬਣਾਈ ਜਾ ਰਹੀ ਆ, ਐਕਚੁਅਲ ਦੇ ਵਿੱਚ ਕੁਛ ਹੋਰ ਆ ਤੇ ਥੋੜਾ ਜਿਹਾ ਉਹਨੂੰ ਹੋਰ ਤਰ੍ਹਾਂ ਨਾਲ ਪੇਸ਼ ਕੀਤਾ ਜਾ ਰਿਹਾ, ਅਸੀਂ ਦੇਖਦੇ ਹਾਂ ਇਹ ਤੁਹਾਨੂੰ ਜੇ ਆਪਾਂ ਗੌਰ ਨਾਲ ਵਿਚਾਰੀਏ ਕਿ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਘੱਟੋ ਘੱਟ ਆਪਾਂ ਇਹਨੂੰ ਦੋ ਸਦੀਆਂ ਦੀ ਝਾਤੀ ਮਾਰੀਏ ਹਲਕੀ ਜੀ, ਤਾਂ ਬਹੁਤ ਸਾਰੇ ਨਵੇਂ ਨਵੇਂ ਵਿਚਾਰ, ਨਵੇਂ ਨਵੇਂ ਦਰਸ਼ਨ ਆ ਜਿਹੜੇ ਉਹ ਦੁਨੀਆਂ ਦੇ ਵਿੱਚ ਆਏ, ਠੀਕ ਆ। ਉਹ ਚਾਹੇ ਮਾਰਕਸਵਾਦ ਕਹਿ ਲਓ, ਨਿਤਸ਼ੇਵਾਦ ਕਹਿ ਲਓ, ਸਾਰਤਰਵਾਦ ਕਹਿ ਲਓ, ਕਾਮੂਵਾਦ ਕਹਿ ਲਓ, ਵਿਸ਼ਵੀਕਰਨ, ਉਦਾਰੀਕਰਨ, ਇਹ ਸਾਰੇ ਜਿਹੜੇ ਸੰਕਲਪ ਆਏ ਨੇ ਜਾਂ ਕਹਿ ਲਓ ਆਪਾਂ ਦਰਸ਼ਨ ਆਏ ਨੇ, ਫਿਲੋਸਫੀਜ਼ ਆਈਆਂ ਨੇ, ਥੋਟ ਆਏ ਨੇ, ਹਨਾ। ਇਹਦੇ ਪਿੱਛੇ ਵੀ ਲੱਗਦਾ ਕਿ ਜਿਹੜਾ ਇਹ ਦੁਨੀਆਂ ਭਰ ਦੇ ਜਿਹੜੇ ਸਧਾਰਨ ਲੋਕਾਂ ਨੂੰ, ਵਿਦਵਾਨਾਂ ਨੂੰ, ਸਿਆਸਤਦਾਨਾਂ ਨੂੰ ਇਹਨਾਂ ਨੇ ਪ੍ਰਭਾਵਿਤ ਕੀਤਾ, ਠੀਕ ਹੈ ਨਾ। ਹੁਣ ਜਿਸ ਬੰਦੇ ਦੀ ਜਿੰਨੀ ਸਮਰੱਥਾ ਹੋਊਗੀ ਉਹ ਉਸਦਾ ਪ੍ਰਭਾਵ ਉਸ ਤਰੀਕੇ ਲਊਗਾ ਹਰੇਕ ਨਵੇਂ ਦਰਸ਼ਨ ਦਾ, ਠੀਕ ਹੈ ਨਾ। ਜਿਵੇਂ ਸਾਡੇ ਪੰਜਾਬ ਨੂੰ ਤਾਂ ਡੇਰਾਵਾਦ ਨੇ ਪ੍ਰਭਾਵਿਤ ਕਰ ਲਿਆ ਬਹੁਤ ਸਾਰੀ ਦੁਨੀਆਂ ਨੂੰ, ਹੈਨਾ। ਸੋ ਜਿਹੜੇ ਜਿਹਨਾਂ ਵਾਦਾਂ ਦੀ ਮੈਂ ਗੱਲ ਕੀਤੀ ਆ, ਇੱਥੇ ਵੀ ਜਿਹੜੀ ਦੁਖਾਂਤਕ ਗੱਲ ਕੀ ਆ ਕਿ ਉਹਨੇ ਬੁੱਧੀਜੀਵੀ ਕਹਾਣ ਵਾਲਾ ਜਿਹੜਾ ਸਮਾਜ ਦਾ ਹਿੱਸਾ ਹੁੰਦਾ, ਇੱਕ ਵਰਗ ਹੁੰਦਾ ਬੁੱਧੀਜੀਵੀ, ਜਿਹਨੇ ਪੂਰੇ ਸਮਾਜ ਨੂੰ ਸੇਧ ਦੇਣੀ ਹੁੰਦੀ ਆ, ਉਹਨਾਂ ਦਰਸ਼ਨਾਂ ਨੇ ਉਸ ਉਹਨਾਂ ਬੁੱਧੀਜੀਵੀਆਂ ਦੀ ਸੋਚ ਦੇ ਉੱਤੇ ਅਜਿਹਾ ਗਲਬਾ ਪਾਇਆ ਹੋਇਆ ਕਿ ਜਿਹੜਾ ਅਸਲੀ ਸੱਚ ਆ ਉਹ ਪਛਾਣਨਾ ਬਸ ਦੀ ਗੱਲ ਹੀ ਨਹੀਂ ਰਹੀ। ਮਤਲਬ ਇੱਕ ਵਰਗ ਉਹ ਜਿਹਨੇ ਉਹ ਦਰਸ਼ਨ ਸਾਡੇ ਸਾਹਮਣੇ ਪੇਸ਼ ਕੀਤੇ ਨੇ, ਇੱਕ ਉਹ ਵਰਗ ਮਤਲਬ ਜਿਹਨੇ ਉਹ ਫਿਲੋਸਫੀਆਂ, ਜਿਹਨੇ ਉਹ ਨਵੇਂ ਵਿਚਾਰ ਦੁਨੀਆਂ ਦੇ ਵਿੱਚ ਸੁੱਟੇ ਨੇ, ਮੈਂ ਸੁੱਟੇ ਹੀ ਕਹੂੰਗੀ ਇਹਨੂੰ, ਦੁਨੀਆਂ ਦੇ ਸਾਹਮਣੇ ਪਰੋਸੇ ਨੇ, ਇੱਕ ਉਹ ਵਰਗ, ਇੱਕ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲਾ ਹਰੇਕ ਸਮਾਜ ਦਾ ਬੰਦਾ, ਉਹਨਾਂ ਦਰਸ਼ਨਾਂ ਨੇ, ਉਹਨਾਂ ਫਿਲੋਸਫੀਜ਼ ਨੇ, ਉਹਨਾਂ ਬੁੱਧੀਜੀਵੀਆਂ ਦੀ ਸੋਚ ਦੇ ਉੱਤੇ ਇਸ ਤਰ੍ਹਾਂ ਦਾ ਗਲਬਾ ਪਾਇਆ ਹੋਇਆ ਕਿ ਜਿਹੜਾ ਹੈਗਾ ਯੁੱਗ ਦਾ ਸੱਚ ਆ ਉਹਨੂੰ ਉਹ ਨਹੀਂ ਪਛਾਣ ਰਹੇ। ਸੋ ਇਸੇ ਲਈ ਜਿਹੜਾ ਇਸ ਸਦੀ ਦਾ ਯੁੱਗ ਸੱਚ ਆ ਉਸ ਪ੍ਰਤੀ ਆਪਣੀ ਸੂਝ ਬਣਾਉਣ ਲਈ ਸਾਨੂੰ ਪਿਛਲੀਆਂ ਜਿਹੜੀਆਂ ਸਦੀਆਂ ਦਾ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਜਿਹੜਾ ਵਰਤਾਰੇ ਨੇ, ਰਾਜਨੀਤਿਕ ਵਰਤਾਰੇ ਨੇ, ਕੌਮਾਂਤਰੀ ਪੱਧਰ ਤੇ ਜੋ ਵਾਪਰ ਰਿਹਾ ਉਹਨਾਂ ਨੂੰ ਸਮਝਣਾ ਤੇ ਵਿਸ਼ਲੇਸ਼ਣ ਕਰਨਾ ਉਹਨਾਂ ਦਾ ਬਹੁਤ ਜ਼ਰੂਰੀ ਆ ਸਹੀ ਸੋਚ ਬਣਾਉਣ ਦੇ ਲਈ, ਠੀਕ ਆ। ਜੇ ਅਸੀਂ ਹੋਰ ਵੀ ਗੌਣਾ ਦੇਖੀਏ ਵੀ ਜਿੰਨੇ ਵੀ ਇਹ ਦਰਸ਼ਨ ਆਏ ਨੇ, ਜਿੰਨੀਆਂ ਵੀ ਇਹ ਫਿਲੋਸਫੀਜ਼ ਦੁਨੀਆਂ ਦੇ ਵਿੱਚ ਆਈਆਂ ਨੇ, ਮਾਰਕਸਵਾਦ ਵੀ ਜਾਂ ਨਿਤਸ਼ੇ ਨੇ ਜਦੋਂ ਕਿਹਾ ਸੀ ਕਿ ਰੱਬ ਦੀ ਮੌਤ ਦਾ ਸੰਕਲਪ ਦਿੱਤਾ ਸੀ ਤੇ ਸਾਡੇ ਬੁੱਧੀਜੀਵੀਆਂ ਨੇ ਅੰਨੇ ਵਾਹ ਉਹਨੂੰ ਅਪਣਾ ਲਿਆ ਕਿ ਯੈਸ ਸਰਵਾਈਵਲ ਆਫ ਦਾ ਫਿਟੈਸਟ, ਜਿਹੜਾ ਅੱਜ ਵੀ ਅਸੀਂ ਦੇਖ ਰਹੇ ਹਾਂ। ਮੈਂ ਹੁਣੇ ਪਹਿਲਾਂ ਗੱਲ ਕੀਤੀ ਸੀ ਸਰਵਾਈਵਲ ਆਫ ਦਾ ਫਿਟੈਸਟ, ਡਾਰਵਿਨ ਨੇ ਕਿਹਾ, ਹਨਾ। ਸੋ ਇੱਕ ਤਰ੍ਹਾਂ ਦੇ ਨਾਲ
ਤੁਸੀਂ ਥੋੜਾ ਜਿਹਾ ਬਰੀਕੀ ਨਾਲ ਇਹਨਾਂ ਨੂੰ ਸਮਝੋ। ਸਾਨੂੰ ਜਿਹੜੇ ਸੰਕਲਪ ਇਹ ਲੱਗਦੇ ਆ ਉਹਨਾਂ ਵੱਲੋਂ ਦਿੱਤੇ ਹੋਏ ਵੱਡੇ ਫਿਲੋਸਫਰਾਂ ਦੁਆਰਾ ਦਿੱਤੇ ਗਏ ਕਿ ਇਹ ਜਿਹੜਾ ਹੈਗਾ ਪੂਰੀ ਦੁਨੀਆਂ ਦੇ ਲਈ ਆ, ਹਰੇਕ ਮਨੁੱਖ ਲਈ ਆ। ਅਸਲ ਵਿੱਚ ਕਿਤੇ ਨਾ ਕਿਤੇ ਉਹ ਇੱਕ ਧਿਰ ਦੀ ਜਿਹੜੀ ਇੱਛਾ ਪਾਲਦੇ ਨੇ, ਜੋ ਪੂਰੇ ਵਿਸ਼ਵ ਦੇ ਜਿਹੜੇ ਵਿੱਤੀ ਸਰੋਤਾਂ ਦੇ ਉੱਤੇ ਜਿਨ੍ਹਾਂ ਦਾ ਕਬਜ਼ਾ, ਅਸਲ ਵਿੱਚ ਉਹਨਾਂ ਦੀ ਦੇ ਹਿੱਤ ਵਿੱਚ ਹੀ ਭੁਗਤਦੇ ਨੇ। ਥੋੜਾ ਆਪਾਂ ਜੇ ਕਹੋ ਨਾ ਵਿਚਾਰੀਏ, ਅੱਗੋ ਆਪਾਂ ਇਹ ਵੀ ਦੇਖਦੇ ਹਾਂ ਕਿ ਪਿਛਲੀ ਸਦੀ ਤੋਂ ਜਦੋਂ ਤੋਂ ਜਿਹੜੀ ਹੈਗੀ ਸਟੇਟਸ ਨੂੰ ਮਿਲੀ ਹੈ ਨਾ ਸ਼ਕਤੀ ਵੀ ਤੁਸੀਂ ਆਪਣੇ ਮਸਲੇ ਆਪ ਦੇਖਣੇ ਆ, ਤਾਂ ਉਹਨਾਂ ਨੇ ਫਿਰ ਇੱਕ ਨਵਾਂ ਹਥਿਆਰ ਅਪਣਾਇਆ ਹੈਗਾ ਪ੍ਰੈਸ। ਤੇ ਜਿਵੇਂ ਜਿਵੇਂ ਉਹਨਾਂ ਦਰਸ਼ਨਾਂ ਨੇ, ਉਹਨਾਂ ਫਿਲੋਸਫਰਾਂ ਨੇ, ਉਹਦੇ ਪਿੱਛੇ ਵੀ ਕੋਈ ਮਤਲਬ ਸ਼ਕਤੀ ਕੰਮ ਕਰਦੀ ਆ ਵੀ ਆਹ ਜਿਹੜਾ ਦਰਸ਼ਨ ਆ ਲੋਕਾਂ ਦੇ ਵਿੱਚ ਹੈ ਨਾ ਜਾਣਾ ਚਾਹੀਦਾ, ਕਾਮੂਵਾਦ ਜਾਣਾ ਚਾਹੀਦਾ, ਭੋਗਵਾਦ ਜਾਣਾ ਚਾਹੀਦਾ, ਵਿਸ਼ਵੀ ਕਰਨ ਦਾ ਸੰਕਲਪ ਜਾਣਾ ਚਾਹੀਦਾ। ਉਦਾਂ ਫਿਰ ਜਦੋਂ ਸਟੇਟਸ ਨੂੰ ਆਪਣਾ ਮਿਲਿਆ ਹੈਗਾ ਕਿ ਕੁਛ ਸ਼ਕਤੀਆਂ ਮਿਲੀਆਂ, ਤਾਂ ਉਹਨਾਂ ਨੇ ਪ੍ਰੈਸ ਨੂੰ ਹਥਿਆਰ ਬਣਾ ਲਿਆ, ਜੋ ਅਸੀਂ ਅੱਜ ਵੀ ਦੇਖਦੇ ਹਾਂ, ਜਿਹਦੀ ਗੱਲ ਤੁਸੀਂ ਸ਼ੁਰੂ ਚ ਕਰਨਾ ਚਾਹੁੰਦੇ ਸੀਗੇ। ਬਿਲਕੁਲ, ਕਿ ਪ੍ਰੈਸ ਜ਼ਰੀਏ ਲੋਕ ਕਿਸੇ ਵੀ ਤਰ੍ਹਾਂ ਦੇ ਮੀਡੀਆ ਜ਼ਰੀਏ, ਚਾਹੇ ਅਖਬਾਰ ਆ ਜਾਂ ਕੋਈ ਵੀ ਆ, ਹੁਣ ਤਾਂ ਸੋਸ਼ਲ ਮੀਡੀਆ ਵੀ ਆ, ਉਹਦੇ ਤੇ ਅੰਨਾ ਵਿਸ਼ਵਾਸ ਕਰਦੇ ਨੇ। ਇਸ ਲਈ ਇਸ ਰਾਹੀਂ ਇੱਕ ਜਿਹੜੀ ਵਿਸ਼ੇਸ਼ ਧਿਰ ਹੁੰਦੀ ਆ, ਮਤਲਬ ਸਟੇਟਵਾਦੀ ਹੁੰਦੇ ਨੇ ਜਿਹੜੇ, ਉਹ ਧਿਰਾ ਜਿਹੜੀ ਉਹ ਮਤਲਬ ਆਪਣਾ ਹਿੱਤ ਆ ਜਿਹੜਾ, ਆਪਣੇ ਹਿੱਤ ਦੇ ਲਈ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਵਿੱਚ ਫੈਲਾਉਂਦੀ ਆ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਵਾਪਰਦਾ ਦੇਖ ਰਹੇ ਹਾਂ, ਹਨਾ। ਔਰ ਨਾਲ ਦੀ ਨਾਲ ਇੱਕ ਇੱਕ ਜੋ ਮੇਰੀ ਅਬਜ਼ਰਵੇਸ਼ਨ ਆ ਇਹਨਾਂ ਚੀਜ਼ਾਂ ਨੂੰ ਦੇਖਣ ਦੇ ਲਈ, ਮੇਰਾ ਜਿਹੜਾ ਹੈਗਾ ਨਜ਼ਰੀਆ ਕਿ ਇਹ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸਟੇਟਵਾਦੀ ਨੇ, ਹੈ ਨਾ, ਉਹ ਪ੍ਰੈਸ ਦਾ ਸਹਾਰਾ ਲੈ ਕੇ ਆਪਣੇ ਲੋਕਾਂ ਦੇ ਵਿੱਚ ਜੋ ਚਾਹਣ ਉਹ ਫੈਲਾ ਦਿੰਦੇ ਨੇ। ਜਿਵੇਂ ਪਿਛਲੇ ਦੌਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਸਾਡੇ ਇੱਥੇ ਰਾਮ ਰਾਜ ਦਾ ਰੌਲਾ ਪਾਇਆ ਜਾ ਰਿਹਾ ਜਿਹੜਾ, ਹੈ ਨਾ। ਤੇ ਹਾਂਜੀ, ਉਹਦੇ ਨਾਲ ਕੀ ਹੁੰਦਾ ਵੀ ਜਿਹੜੀਆਂ ਰਾਜ ਹੋਏ ਚਾਹੇ ਲੋਕ ਹੋਏ, ਉਹਨਾਂ ਦੀਆਂ ਕੁਝ ਖਾਸ ਜਿਹੜੀਆਂ ਹੈਗੀਆਂ ਸਾਡੀਆਂ ਸਾਈਕੋਲੋਜੀਕਲ ਜਿਹੜੀਆਂ ਸਾਡੀਆਂ ਪ੍ਰਵਿਰਤੀਆਂ ਨੇ, ਉਹ ਕੀ ਆ ਕਿ ਜਿਹੜੀ ਸਾਡੇ ਤੋਂ ਵੱਡੀ ਸ਼ਕਤੀ ਆ ਉਹਦੇ ਅੱਗੇ ਅਸੀਂ ਗੋਡੇ ਟੇਕ ਦੇਣੇ ਆ, ਤੇ ਜਿਹੜੇ ਸਾਡੇ ਤੋਂ ਕਮਜ਼ੋਰ ਆ ਉਹਦੇ ਤੇ ਜ਼ੁਲਮ ਕਰਨਾ। ਇਹ ਮਤਲਬ ਇੱਕ, ਹਾਂ, ਇਹ ਸਾਡਾ ਓਵਰਆਲ ਜਿਹੜੀ ਸਾਡੀ ਦੇਖਿਆ ਜਾਵੇ ਮਨੁੱਖ ਦੀ ਪ੍ਰਵਿਰਤੀ ਹੈ, ਹਨਾ। ਤੇ ਉਹ ਮਨੁੱਖ ਕਹਿ ਲਓ ਚਾਹੇ ਪੂਰੀ ਦੀ ਪੂਰੀ ਸਟੇਟ ਕਹਿ ਲਓ, ਜਿਵੇਂ ਅਸੀਂ ਪਿਛਲੇ ਸਮੇਂ ਚ ਦੇਖਿਆ ਸੀ ਕਿ ਸਾਡੇ ਕੋਲੇ ਉਹ ਆਉਂਦੇ ਨੇ, ਟਰੰਪ ਸਾਹਿਬ ਆਉਂਦੇ ਨੇ, ਅਸੀਂ ਉਹਦੇ ਪੂਰਾ ਸਵਾਗਤ ਕਰਦੇ ਹਾਂ, ਝੁੱਗੀਆਂ ਝੋਪੜੀਆਂ ਲੁਕਾਉਣ ਲਈ ਦੀਵਾਰਾਂ ਖੜੀਆਂ ਕਰਦੇ ਹਾਂ, ਹਨਾ। ਤੇ ਅੱਛਾ, ਦੂਸਰੇ ਪਾਸੇ ਵੀ ਜਦੋਂ ਉਹ ਥੋੜਾ ਜਿਹਾ ਵੀ ਇੱਕ ਮਹੀਨੇ ਬਾਅਦ ਉਹ ਧਮਕੀ ਦੇ ਰੂਪ ਦੇ ਵਿੱਚ ਵੀ ਸਾਨੂੰ ਉਸੇ ਸਾਡੇ ਪਿਆਰੇ ਮਿੱਤਰ ਤੋਂ ਸਾਨੂੰ ਸੁਣਨ ਨੂੰ ਮਿਲਦਾ, ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਮਤਲਬ ਉਹੀ ਮਨੁੱਖ ਆਪਣੇ ਤੋਂ ਥੱਲੇ ਵਾਲਿਆਂ ਦੇ ਉੱਤੇ ਕਿਵੇਂ, ਕਮਜ਼ੋਰਾਂ ਦੇ ਉੱਤੇ ਕਿਸ ਤਰ੍ਹਾਂ ਦਾ ਜਬਰ ਕਰ ਰਿਹਾ ਹੈਗਾ। ਤੇ ਇਹ ਚੀਜ਼ ਸਿਰਫ ਕੋਰੋਨਾ ਦੇ ਨਾਲ ਮੈਂ ਕਿਵੇਂ ਜੋੜਦੀ ਹਾਂ ਕਿ ਕੋਰੋਨਾ ਸੰਕਟ ਦੇ ਦੌਰਾਨ ਜਿਹੜੀਆਂ ਇਹ ਪ੍ਰਵਿਰਤੀਆਂ ਨੇ ਜ਼ਿਆਦਾ ਉਜਾਗਰ ਹੋਈਆਂ ਨੇ, ਹੈ ਨਾ। ਕੌਮਾਂਤਰੀ ਪੱਧਰ ਤੇ ਵੀ ਜੇ ਆਪਾਂ ਦੇਖੀਏ ਤਾਂ ਜਿਹੜੀ ਰਾਜਨੀਤਿਕ ਮਾਨਸਿਕਤਾ ਵੀ ਉੱਭਰ ਕੇ ਸਾਹਮਣੇ ਆਈ ਆ। ਠੀਕ ਹੈ, ਰਾਜਨੀਤਿਕ ਮਾਨਸਿਕਤਾ ਤੁਸੀਂ ਸਮਝਦੇ ਹੋ, ਚਾਈਨਾ ਦੀ ਵੀ ਇੱਕ ਰਾਜਨੀਤੀ ਸੀ, ਉਸ ਤੋਂ ਬਾਅਦ ਉਹਦੇ ਵਿਰੋਧ ਦੇ ਵਿੱਚ ਅਮੈਰੀਕਾ, ਹੋਰ ਸਾਰੇ ਉਹਨਾਂ ਦੀ ਇੱਕ ਆਪਣੀ ਰਾਜਨੀਤਿਕ ਮਾਨਸਿਕਤਾ, ਉਹ ਵੀ ਸਾਹਮਣੇ ਆਈ। ਦੁਨੀਆਂ ਭਰ ਦੇ ਲੋਕਾਂ ਦੇ ਜਿਹੜਾ ਹਰ ਵਰਗ ਸੀ ਉਹਨਾਂ ਦੀ ਮਾਨਸਿਕਤਾ ਉੱਭਰ ਕੇ ਸਾਹਮਣੇ ਆਈ। ਇਹ ਵੀ ਇੱਕ ਸੱਚਾਈ ਆ, ਯੁੱਗ ਸੱਚ ਵੀ ਆ ਤੇ ਵੈਸੇ ਵੀ ਸੱਚਾਈ ਆ ਕਿ ਜਦੋਂ ਵੀ ਕੋਈ ਸੰਕਟ ਆਉਂਦਾ ਤਾਂ ਜਿਹੜੀ ਸਾਡੀ, ਚਾਹੇ ਉਹ ਯੁੱਧ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਕੋਈ ਮਸਲਾ ਹੋਵੇ, ਚਾਹੇ ਉਹ ਕੋਈ ਕੁਦਰਤੀ ਆਫਤ ਹੋਵੇ, ਮਨੁੱਖ ਦਾ ਜਿਹੜਾ ਅਸਲੀ ਮਾਨਸਿਕਤਾ ਹੁੰਦੀ ਹੈ ਨਾ, ਉਹ ਧਰਾਤਲ ਦੇ ਉੱਤੇ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਹੁਣ ਕੋਰੋਨਾ ਦੌਰ ਚ ਵਾਪਰਿਆ, ਹੈ ਨਾ। ਮਤਲਬ ਸਧਾਰਨ ਤੋਂ ਸਧਾਰਨ ਮਨੁੱਖ ਦੀ ਵੀ ਜਿਹੜੀ ਅਸਲੀ ਪ੍ਰਵਿਰਤੀ ਆ, ਮੰਨ ਲਓ ਕਿ ਬੜੀ ਸਹਿਜ ਜ਼ਿੰਦਗੀ ਕੋਈ ਜਿਉਂ ਰਿਹਾ, ਕੋਰੋਨਾ ਸੰਕਟ ਆ ਗਿਆ, ਪ੍ਰੈਸ ਨੇ ਇਹ ਗੱਲ ਫੈਲਾ ਦਿੱਤੀ ਕਿ ਇੱਦਾਂ ਹੋ ਸਕਦਾ, ਇੱਦਾਂ ਹੋ ਸਕਦਾ, ਤਾਂ ਉਹ ਸਧਾਰਨ ਮਨੁੱਖ ਦੇ ਅੰਦਰ ਜਿਹੜੀ ਅਸਲੀ ਗੱਲ ਛੁਪੀ ਹੈ, ਜੇ ਤਾਂ ਉਹਦੇ ਚ ਸੇਵਾ ਦੀ ਭਾਵਨਾ ਛੁਪੀ ਆ ਤਾਂ ਉਹ ਧਰਾਤਲ ਤੇ ਆਊਗੀ। ਜੇ ਉਹਦੇ ਮਨ ਚ ਇਹ ਛੁਪਿਆ ਕਿ ਮੈਂ ਹੁਣ ਚੀਜ਼ਾਂ ਇਕੱਠੀਆਂ ਕਰਕੇ ਰੱਖ ਲਾਂ, ਤਾਂ ਉਹ ਗੱਲ ਆਊਗੀ। ਇਹ ਅਸੀਂ ਸਾਰੇ ਆਪਣੇ ਅੰਦਰ ਝਾਤੀ ਮਾਰ ਸਕਦੇ ਹਾਂ। ਹਾਂ, ਏਦਾਂ ਹੀ ਸੰਵੇਦਨਸ਼ੀਲ ਚਿੰਤਕ ਹੁੰਦੇ ਆ ਜਿਹੜੇ, ਉਹਨਾਂ ਦੀ ਵੀ ਜਿਹੜੀ ਅਸਲੀ ਪ੍ਰਵਿਰਤੀ ਆਉਂਦੀ ਆ, ਚਾਹੇ ਚਾਲਬਾਜ਼ ਰਾਜਨੇਤਾ ਹੋਣ, ਚਾਹੇ ਗੱਲ ਵੱਢਣ ਵਾਲੇ ਵਪਾਰੀ। ਸਧਾਰਨ ਮਨੁੱਖ ਜਿਹੜਾ ਉਹ ਤਾਂ ਸੋਚੂਗਾ ਕਿ ਮੈਂ ਜਿਉਂਦੇ ਰਹਿਣ ਦੇ ਜਿਹੜੇ ਸਾਧਨ ਜੁਟਾ ਕੇ ਰੱਖ ਲਵਾਂ, ਪਤਾ ਨੀ ਆਹ ਨਾ ਹੋ ਜੇ, ਉਹ ਨਾ ਹੋ ਜੇ। ਜਿਹੜਾ ਚਿੰਤਕ ਹੁੰਦਾ ਉਹਦੇ ਨਾਲ ਕੀ ਵਾਪਰਦਾ ਕਿ ਉਹ ਇਸ ਸੰਕਟ ਦਾ, ਜਿਹੜਾ ਸੰਕਟ ਕਾਰਨ ਜਿਹੜੇ ਵਰਤਾਰੇ ਪੈਦਾ ਹੁੰਦੇ ਆ, ਉਹਨਾਂ ਪ੍ਰਤੀ ਆਪਣੀ ਸਮਝ ਬਣਾਉਣ ਚ ਲੱਗ ਜਾਂਦਾ ਕਿ ਇਹ ਕਿਉਂ ਹੋ ਰਿਹਾ, ਉਹ ਕਿਉਂ ਹੋ ਰਿਹਾ, ਉਹਨੂੰ ਸਮਝਣ ਦੇ ਯਤਨ ਕਰਨ ਲੱਗ ਜਾਂਦਾ। ਜਿਹੜਾ ਚਾਲਬਾਜ਼ ਰਾਜਨੇਤਾ ਹੁੰਦਾ ਉਹ ਆਪਣੀ ਵੋਟ ਬੈਂਕ ਬਣਾਉਣ ਦਾ ਸੋਚਣ ਲੱਗ ਜਾਂਦਾ ਕਿ ਹੁਣ ਕੋਰੋਨਾ ਦੌਰ ਆ,
अपनी वोट बैंक हुण किवें बनाई जा सकती है, है ना। ते जेड़ा व्यापारी वर्ग आ ओह सोचण लग जांदा कि अज हुण की कीता जावे कि मुनाफा जेड़ा वध कमाया जा सके। तो हर मनुख अपनी अपनी प्रवृत्ति अनुसार हरेक संकट दे विच रिएक्ट करदा। सो ए मेरा ओवरऑल व्यू सीगा एदे बारे। कोई शक नहीं, बहुत अच्छे। मैं कुछ थोड़ा जा स्रोतियां दे भी तुहानू रिस्पांस जिहड़े हैगे सुनाउणा चाहुंदा। बहुत ही साडे प्यारे मित्र ने प्रोफेसर नितनेम सिंह, बॉटनी दे पीएचडी ने, प्रोफेसरी दा अध्यापन दा काम कीता। कहंदे ने मान साहब सति श्री अकाल, बीबी करमजीत दी कलम तों जन्मियां कवितावां बहुत सूखम भावी सचजियां ते सुंदर अल्फाज़ां विच परोईयां समुची औरत जाति दी त्रासदी नूं बयान करदियां ने। बहुत खूबसूरत तर्जमानी, वधाई दे पात्र ने। इह वार्तालाप जरूर नारी चेतना नूं नवीं जाग लाएगी। मेहरबानी प्रोफेसर साहब। इसे तरीके नाल कमलजीत दसांझ नट जी, ओह वी लेखक ने, करमजीत होणा दी गलबात सुन रहे हां जी, बहुत चंगी लग रही है। बमलजीत होनी भी लिखदे ने, लेखक ने, सुन रहे हां जी, बहुत वधिया प्रोग्राम चल रहा है, बहुत खूबसूरत कवितावां जी। रणजीत सिंह थिंदी लिखते ने, करमजीत कौर किशावल वर्तमान पीढ़ी की गंभीर कवित्री है, इन्हों स्रोत्या रूबरू करने मान साहब आप जी ते अदारा चंद परदेसी वधाई का पात्र। मेहरबानी रणजीत सिंह जी, साडी कोशिश हुंदी है हर प्रोग्राम मेरे वल्लियों तां यही यतन रहिंदा कि वधिया तो वधिया स्रोत्या की जिहड़ी प्यास भुख जां जिहड़ी उन्हां दी लोड़ है उहदी पूरा करना, यह वड्डी गल है। कोई होर इदों इलावा मेरा कोई होर मिशन नहीं, और ए यतन हो रहा है। थानू चंगे लग रहे ने, बहुत चंगी गल जी जी। थैंक यू बहुत बहुत शुक्रिया सारे ही स्रोत्यां दा जिन्होंने इन्नी मतलब गौर नाल सुनिया ते अपने विचार दित्ते ने, सारयां दे बहुत बहुत धन्नवाद है। ते हां जी अगो तुहाडा हुकम। जिस तरह मैं अगो यह सीगा कि इसे तरह की जिहड़ी जिहड़ी हुण इस वेले गल हैगी है, मुल्क दे जिहड़े हालात ने, खास करके जे आपां अपने मुल्क दी कर लईए, इहदे विच जिहड़ियां कुछ बतौर जिहड़े जिहड़े सियासी लोक ने जां एडमिनिस्ट्रेटर ने, जिवें तुसीं जिक्र कीता अपने एनालिसिस दे विच, उन्हां नूं अपने तौर दे उपर लाभ खट्टण दा इहो जे माड़े समें च जदों इक आम मनुख जिहड़ा हैगा उह होर तरहां सोच रिहा और वह अपनियां अपनियां शातर जिहड़ियां चीज़ां हैगियां ने, भी मैं इस तरह प्लैन करां ताकि मेरा काम जिहड़ा हैगा अगे तो भी होर वधेरे पक्कियां हो जावे। और जे मैं अपनी अपने सूबे की गल करां तो उहदे विच करोना दे नाल पंज बंदे इकट्ठे ना होण, वी इकट्ठे ना होण, ओह भी इक गल समझ आउंदी है। पर दूजे बने बरातां बसां भर के जा सकदियां ने, कोई होर जिहड़ा कोई कोई समागम करना चाहुंदे ने उहदे उपर कोई रिस्ट्रिक्शन नहीं। इहदे तो की पता लग रिहा भी इक बन्ने तुसीं लोकां दे ईवन रोस वालियां भावनावां नूं दबाउण वास्ते इहो जे सख्त कानून बना रहे हो जां आर्डर जिहड़े हैगे बना रहे हो, और दूसरे बन्ने कुछ ओह गल्लां जिहड़ियां हैगियां ने उहदा विपरीत असर हो रहा है कि ओह रोकण तों उहनां नूं खुल दे रहे हैगे हो, ते फिर इहदा सल्यूशन किवें होऊगा। ईवन करोना दे जे आपां प्रसंग विच ही वेख लईए सारी गल नूं जी। जी मान साहब, ये वड्डे सवाल ने अज साडे अज दे दौर दे कि सोचदा हर मनुख मतलब कि एक पासे एक वर्तारा दूजे पासे दूजा, है ना। पर उत्थे जेड़ा हैगा जिवें ये गल्लां तुहाडी इजाजत होवे, मैं छोटी छोटियां इसे गल्लां नूं लैके कवितावां लिखियां सीगियां। ते जे मैं आपां पहलां गल करिए कि इंज ही है ना, मतलब ऐदां लगदा मैनूं कि सारे मनुखां दी इही सोच होणी आ संवेदनशीलां दी। ਸਾਡੀ ਚੁੱਪ ਸ਼ਾਂਤੀ ਸਦਭਾਵਨਾ ਹਵਾ ਦਾ ਰੁੱਖ, ਅਸੀਂ ਸਭ ਸਮਝਦੇ ਹਾਂ। ਸਾਡੀ ਚੁੱਪ ਸ਼ਾਂਤੀ ਸਦਭਾਵਨਾ ਹਵਾ ਦਾ ਰੁੱਖ, ਅਸੀਂ ਸਭ ਸਮਝਦੇ ਹਾਂ ਕੀ ਸੱਚ ਕੀ ਝੂਠ, ਅਸੀਂ ਸਭ ਜਾਣਦੇ ਹਾਂ। ਪਰ ਬੋਲਦੇ ਹਾਂ ਸੋਚ ਸਮਝ, ਪਰ ਬੋਲਦੇ ਹਾਂ ਸੋਚ ਸਮਝ, ਸਮਝਦੇ ਹਾਂ ਬੋਲਣ ਦੀ ਆਜ਼ਾਦੀ ਦਾ ਮਤਲਬ। ਆਪਣੇ ਹਿੱਤਾਂ ਲਈ ਵੇਚਦੇ ਹਾਂ ਆਪਣੀ ਆਜ਼ਾਦੀ, ਸਿੱਖ ਲਿਆ ਅਸੀਂ ਤਰਕਾਂ ਦੀਆਂ ਲੋਰੀਆਂ ਸੰਗ ਖੋਲ ਦੇ ਲਾਵੇ ਨੂੰ ਦਬਾਉਣਾ, ਸਿੱਖ ਲਿਆ ਅਸੀਂ
ਤਰਕਾਂ ਦੀਆਂ ਲੋਰੀਆਂ ਸੰਗ ਖੋਲ ਦੇ ਲਾਵੇ ਨੂੰ ਦਬਾਉਣਾ। ਅਸੀਂ ਸਮਝਦੇ ਹਾਂ ਆਰਥਿਕ ਲੁੱਟ ਤੇ ਮਾਫੀਆ ਦਾ ਖਤਰਾ। ਅਸੀਂ ਵਾਲ ਵਾਲ ਬਚਦੇ ਖਤਰਿਆਂ ਤੋਂ ਪੱਲਾ ਬਚਾਉਂਦੇ ਤੈਅ ਕਰਦੇ ਹਾਂ ਜ਼ਿੰਦਗੀ ਦਾ ਸਫ਼ਰ। ਕਰਦੇ ਹਾਂ ਸਦਾ ਸਮਝੌਤੇ ਹੀ ਜਦ ਕੇ ਪ੍ਰਤੀਰੋਧ ਹੈ ਲਾਜ਼ਮੀ। ਕਰਦੇ ਹਾਂ ਸਦਾ ਸਮਝੌਤੇ ਹੀ ਜਦ ਕੇ ਪ੍ਰਤੀਰੋਧ ਹੈ ਲਾਜ਼ਮੀ ਤੇ ਸੰਘਰਸ਼ ਹੀ ਹੈ ਫੈਸਲਾ ਕੁਲ ਕਦਮ। ਠੱਲਣ ਲਈ ਇਨ੍ਹਾਂ ਅਲਾਮਤਾਂ ਦਾ ਹੜ ਪਰ ਕਦੋਂ ਤੱਕ ਆਪਣੀ ਰੂਹ ਦੀ ਲਾਸ਼ ਆਪਣੇ ਹੀ ਮੋਢਿਆਂ ਤੇ ਢੋਂਦੇ ਰਵਾਂਗੇ। ਕਦੋਂ ਤੱਕ ਕਰਾਂਗੇ ਸਮਝੌਤੇ ਕਦੋਂ ਤੱਕ ਦੱਬਾਂਗੇ ਅੰਦਰ ਖੋਲ ਦੇ ਲਾਵੇ ਤਾਈ। ਮਿੱਠੀਆਂ ਗੱਲਾਂ ਦੀ ਚਾਸ਼ਨੀ ਚ ਲਿਪਟੇ ਤਰਵਾਸੇ ਪਾ ਰਹੇ ਨੇ ਸਾਡੀ ਜੀਭ ਤੇ ਛਾਲੇ। ਮਿੱਠੀਆਂ ਗੱਲਾਂ ਦੀ ਚਾਸ਼ਨੀ ਚ ਲਿਪਟੇ ਤਰਵਾਸੇ ਪਾ ਰਹੇ ਨੇ ਸਾਡੀ ਜੀਭ ਤੇ ਛਾਲੇ ਤੇ ਕੰਨਾਂ ਚ ਸਿੱਕਾ। ਇਸ ਤੋਂ ਪਹਿਲਾਂ ਕੇ ਹੋਈਏ ਰੂਹ ਤੱਕ ਅਪਾਹਜ ਵਿਸਰ ਜਾਈਏ ਮਨੁੱਖ ਹੋਣ ਦਾ ਹੱਕ ਤੇ ਆਜ਼ਾਦੀ ਦੇ ਅਰਥ। ਚਲੋ ਸਮਝੀਏ ਕਿ ਆਜ਼ਾਦੀ ਦੀ ਕੋਈ ਕੀਮਤ ਹੁੰਦੀ ਹੈ। ਜੇ ਅੱਜ ਉਤਾਰਾਂਗੇ ਤਾਂ ਆਉਣ ਵਾਲੀਆਂ ਪੁਸ਼ਤਾਂ ਉਹਦਾ ਮੁੱਲ ਪਾਉਣਗੀਆਂ। ਸੋ ਜਦੋਂ ਇਸ ਤਰ੍ਹਾਂ ਦੀ ਮਤਲਬ ਇੱਕ ਗੁੰਝਲ ਬਣ ਜਾਂਦੀ ਆ, ਉਲਝਣ ਬਣ ਜਾਂਦੀ ਆ, ਤਾਂ ਉਸ ਦੌਰ ਦੇ ਵਿੱਚ ਦੀ ਮਤਲਬ ਕਵਿਤਾ ਸੀਗੀ। ਤੇ ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਆ, ਜੋ ਕੋਰੋਨਾ ਤੋਂ ਪਹਿਲਾਂ ਵੀ ਜਾਰੀ ਸੀਗੀ ਤੇ ਕੋਰੋਨਾ ਆਉਣ ਦੇ ਨਾਲ ਉਸ ਤੋਂ ਲੋਕਾਂ ਦਾ ਧਿਆਨ ਡਾਇਵਰਟ ਹੋਇਆ, ਪਰ ਰਾਜਨੇਤਾਵਾਂ ਨੇ ਜਿਹੜਾ ਆਪਣਾ ਉਹਨਾਂ ਗੱਲਾਂ ਨੂੰ ਹੀ ਜਾਂ ਉਹਨਾਂ ਫਿਲੋਸਫੀਆਂ ਨੂੰ ਹੀ ਜਾਰੀ ਰੱਖਿਆ ਕਿਸੇ ਨਾ ਕਿਸੇ ਰੂਪ ਚ। ਈਵਨ ਕੋਰੋਨਾ ਉੱਪਰ ਵੀ ਰਾਜਨੀਤੀ ਕੀਤੀ ਕਿ ਇੱਕ ਪਰਟੀਕੁਲਰ ਜਿਹੜਾ ਵਰਗ ਹੈਗਾ ਜਾਂ ਇੱਕ ਧਰਮ ਹੈਗਾ ਉਹਨੂੰ ਟਾਰਗੇਟ ਕੀਤਾ, ਇਹ ਵੀ ਆਪਾਂ ਸਾਰੇ ਜਾਣਦੇ ਹਾਂ। ਸੋ ਹਾਂ, ਸੋ ਉਸੇ ਸੰਬੰਧੀ ਵੀ ਇੱਕ ਛੋਟੀ ਕਵਿਤਾ ਸੀਗੀ। ਉਹ ਸਾਡੇ ਤੋਂ ਮੰਗ ਰਹੇ ਨੇ ਦੇਸ਼ ਦੇ ਨਾਗਰਿਕ ਹੋਣ ਦਾ ਸਬੂਤ। ਵਾਹ ਵਾਹ। ਉਹ ਸਾਡੇ ਤੋਂ ਮੰਗ ਰਹੇ ਨੇ ਦੇਸ਼ ਦੇ ਨਾਗਰਿਕ। ਹਾਂਜੀ, ਉਹ ਸਾਡੇ ਤੋਂ ਮੰਗ ਰਹੇ ਨੇ ਇਸ ਦੇਸ਼ ਦੇ ਨਾਗਰਿਕ ਹੋਣ ਦਾ ਸਬੂਤ। ਉਹਨਾਂ ਨੂੰ ਕਹੀਏ, ਚਲੋ ਉਹਨਾਂ ਨੂੰ ਕਹੀਏ ਕਿ 1971 ਹੀ ਕਿਉਂ, ਥੋੜਾ ਹੋਰ ਪਿਛਾਂ ਚੱਲਦੇ ਹਾਂ, ਸਾਲਾਂ ਦਾ ਹੀ ਕਿਉਂ ਸਦੀਆਂ ਦਾ ਸਫ਼ਰ ਤੈਅ ਕਰਦੇ ਹਾਂ। ਥੋੜਾ ਗੌਰ ਫਰਮਾਣਾ ਮਾਨ ਸਾਹਿਬ। ਵਾਹ ਵਾਹ ਵਾਹ, ਬਹੁਤ ਅੱਛਾ। ਉਹ ਸਾਡੇ ਤੋਂ ਮੰਗ ਰਹੇ ਨੇ ਇਸ ਦੇਸ਼ ਦੇ ਨਾਗਰਿਕ ਹੋਣ ਦਾ ਸਬੂਤ। ਉਹਨਾਂ ਨੂੰ ਕਹੀਏ, ਆਪਾਂ ਜਾਣਦੇ ਕਿ 1971 ਤੋਂ ਬਾਅਦ ਵਾਲੇ ਜਾਂ ਪਹਿਲਾਂ ਵਾਲੇ ਆਪਣਾ ਸਬੂਤ ਦੇਣ, ਹਨਾ। ਸੋ 1971 ਹੀ ਕਿਉਂ, ਥੋੜਾ ਹੋਰ ਪਿਛਾਂ ਚੱਲਦੇ ਹਾਂ, ਸਾਲਾਂ ਦਾ ਹੀ ਕਿਉਂ ਸਦੀਆਂ ਦਾ ਸਫ਼ਰ ਤੈਅ ਕਰਦੇ ਹਾਂ। ਚਲੋ ਫਿਰ ਪੂਰੇ ਇਨਸਾਫ਼ ਕਰਦੇ ਹਾਂ। ਕੌਣ ਹੈ ਮੂਲ ਨਿਵਾਸੀ ਇਹ ਵੀ ਪਤਾ ਕਰਦੇ ਹਾਂ। ਬਹੁਤ ਅੱਛਾ ਵਿਅੰਗ ਹੈ, ਸਟਾਇਰ ਹੈ ਉਹਦੇ ਵਿੱਚ, ਔਰ ਬਹੁਤ ਹੀ ਤੁਸੀਂ ਸੰਖੇਪ ਸ਼ਬਦਾਂ ਚ ਬਹੁਤ ਕੁਝ ਕਹਿ ਦਿੱਤਾ। ਮੈਨੂੰ ਲੱਗਦੀ ਹੈ ਸਰੋਤੇ ਸਮਝ ਗਏ ਸਾਰੀ ਦੀ ਸਾਰੀ ਜਿਹੜੀ ਰਮਜ਼ ਵਾਲੀ ਗੱਲ ਆ ਉਹਦੇ ਵਿੱਚ। ਕੀ ਬਾਤ ਹੈ ਜੀ ਜੀ, ਬਿਲਕੁਲ, ਥੈਂਕ ਯੂ। ਤੇ ਮਾਨ ਸਾਹਿਬ, ਇਸੇ ਤਰ੍ਹਾਂ ਇੱਕ ਜਿਵੇਂ ਆਪਾਂ ਕਹਿੰਦੇ ਕਿ ਬਹੁਤ ਸਾਰੇ ਵਰਤਾਰੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਹੋਣ ਵਾਲੇ ਸਵਾਲਾਂ 'ਚ ਵੀ ਕੀਤੀ ਆ, ਉਹਦੇ ਪਿੱਛੇ ਕਾਰਨ ਆ ਜਿਹੜਾ ਗਲੋਬਲਾਈਜੇਸ਼ਨ ਆ, ਠੀਕ ਹੈ। ਜਿਵੇਂ ਮਤਲਬ ਪੂਰੇ ਬ੍ਰਹਿਮੰਡ ਨੂੰ ਇੱਕ ਪਿੰਡ ਬਣਾ ਕੇ, ਸੋਰੀ, ਵਿਸ਼ਵ ਨੂੰ ਪਿੰਡ ਬਣਾ ਕੇ ਅਸੀਂ ਵਿਸ਼ਵ ਪਿੰਡ ਨਾਮ ਦਾ ਜਿਹੜਾ ਸੰਕਲਪ ਲੋਕਾਂ ਨੂੰ ਦਿੱਤਾ, ਜਿਹੜਾ ਬੜਾ ਲੁਭਾਵਣਾ ਲੱਗਦਾ ਕਿ ਜੀ ਹੁਣ ਪੂਰਾ ਵਿਸ਼ਵ ਪਿੰਡ ਬਣ ਗਿਆ, ਹਨਾ। ਜਿਹਦੇ ਦੇ ਪ੍ਰਭਾਵ ਅਸੀਂ ਇਸ ਤੌਰ ਵਿੱਚ ਵੀ ਦੇਖੇ ਕਿ ਜੇ ਕੁਛ ਮਤਲਬ ਸਾਨੂੰ ਲੱਗਦਾ ਕਿ ਸਾਡਾ ਆਦਾਨ ਪ੍ਰਦਾਨ ਜਿਹੜਾ ਹਰੇਕ ਵਿਸ਼ਵ ਦੇ ਨਾਲ ਵਧਿਆ, ਇੱਕ ਪਿੰਡ ਦਾ ਰੂਪ ਲੱਗਣ ਲੱਗ ਗਿਆ, ਤਾਂ ਉਹਦੇ 'ਚ ਫਿਰ ਹਰ ਇੱਕ ਚੀਜ਼ ਹੀ ਆਈ ਹੈ, ਚਾਹੇ ਉਹ ਇੱਕ ਬਿਮਾਰੀ ਆ, ਉਹਨੇ ਵੀ ਫਿਰ ਸਾਰਾ ਆਦਾਨ ਪ੍ਰਦਾਨ ਕੀਤਾ, ਹਨਾ। ਤੇ ਇਸ ਤਰ੍ਹਾਂ ਦੇ ਜਿਹੜੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਮੈਂ ਕਵਿਤਾ ਲਿਖੀ ਸੀ, ਬ੍ਰਹਮੰਡੀ ਪਿੰਡ, ਜਿਹਦੇ ਵਿੱਚ ਵਿਸ਼ਵ ਪਿੰਡ ਵਰਸਸ ਬ੍ਰਹਮੰਡੀ ਪਿੰਡ। ਵਿਸ਼ਵ ਪਿੰਡ ਦਾ ਸੰਕਲਪ ਜਿਨ੍ਹਾਂ ਨੇ ਦਿੱਤਾ ਤੇ ਇੱਕ ਸੰਕਲਪ ਦਿੱਤਾ ਸੀ ਬਾਬੇ ਨਾਨਕ ਨੇ ਬ੍ਰਹਮੰਡੀ ਪਿੰਡ ਦਾ, ਦੋਨਾਂ ਦੇ ਵਿੱਚ ਕੀ ਅੰਤਰ ਆ, ਉਹ ਇੱਕ ਕਵਿਤਾ ਜ਼ਰੀਏ ਗਿਆ। ਤੇ ਤੁਹਾਡੀ ਤਵੱਕੋ ਚਾਹਵਾਂਗੀ ਸਰੋਤਿਆਂ ਦੀ ਵੀ। ਜ਼ਰੂਰ। ਵਿਸ਼ਵ ਪਿੰਡ ਦੇ ਘਾੜਿਓ ਕੇਹੀ ਉਲਝ ਗਈ ਏ ਤਾਣੀ। ਵਿਸ਼ਵ ਪਿੰਡ ਦੇ ਘਾੜਿਓ ਕੇਹੀ ਉਲਝ ਗਈ ਏ ਤਾਣੀ, ਥੋ ਸਿਰਾ ਕੋਈ ਹੱਥ ਨਾ ਆਵੇ, ਇਸ ਪਿੰਡ ਦੀ ਅਜਬ ਕਹਾਣੀ, ਜਿਹਨੂੰ ਅੱਜ ਅਸੀਂ ਵਿਸ਼ਵ ਪਿੰਡ ਕਹਿੰਦੇ ਆ। ਸੋ
ਵਿਸ਼ ਪਿੰਡ ਦੇ ਘਾੜਿਓ ਕਹੀ ਉਲਝ ਗਈ ਏ ਤਾਣੀ, ਥੋ ਸਿਰਾ ਕੋਈ ਹੱਥ ਨਾ ਆਵੇ, ਇਸ ਪਿੰਡ ਦੀ ਅਜਬ ਕਹਾਣੀ। ਅੱਗੋਂ ਵਿਸ਼ ਪਿੰਡ ਚ ਹੋ ਕੀ ਰਿਹਾ, ਵਿਸ਼ ਪਿੰਡ ਦਾ ਹਰ ਪਰਿੰਦਾ ਕੰਡਿਆਲੀਆਂ ਤਾਰਾਂ ਸੰਗ ਲਹੂ ਲਹਾਣ। ਇਹ ਵੀ ਇੱਕ ਸਟਾਇਰ ਆ ਕਿ ਓਦਾਂ ਅਸੀਂ ਵਿਸ਼ ਪਿੰਡ ਕਹਿੰਦੇ ਆ ਤੇ ਅਦਰਵਾਈਜ਼ ਕੰਡਿਆਲੀਆਂ ਤਾਰਾਂ ਨੇ ਸਾਰੀ ਧਰਤੀਆਂ ਨੇ। ਵਿਸ਼ ਪਿੰਡ ਦਾ ਹਰ ਪਰਿੰਦਾ ਕੰਡਿਆਲੀਆਂ ਤਾਰਾਂ ਸੰਗ ਲਹੂ ਲਹਾਨ, ਇੱਕ ਘਰ ਇਸਦਾ ਸ਼ਿਕਰਾ ਬਣਿਆ, ਇੱਕ ਘਰ ਬੋਤ ਨਦਾਨ। ਇਸ ਪਿੰਡ ਦੀ ਅਜਬ ਇਸ ਪਿੰਡ ਦੀ ਗੈਰਤ ਮੋਈ, ਇਸ ਪਿੰਡ ਦੀ ਗੈਰਤ ਮੋਈ, ਪੱਥਰ ਹੋਇਆ ਹਿਰਦਾ, ਇੱਕ ਘਰ ਲੱਗੇ ਅੱਗ ਤਾਂ ਬਾਕੀ ਸੁਸਰੀ ਵਾਂਗਣ ਸੌ ਜਾਵਨ, ਕਿਉਂ ਕਿਸੇ ਤਾਈ ਸੇਕ ਨਾ ਅਪੜੇ, ਇੱਕ ਹੋਣ ਦੀ ਦੇਨ ਦੁਹਾਈ, ਅੰਦਰੋ ਅੰਦਰੀ ਵੰਡੀਆਂ ਪਾਵਨ। ਅੱਜ ਦੇ ਵਿਸ਼ਵ ਪਿੰਡ ਦੀ ਸੱਚਾਈ ਬਹੁਤ ਅੱਛੇ ਬਹੁਤ ਅੱਛੇ ਬਹੁਤ ਵੱਡੀ ਸੱਚਾਈ ਹੈ ਜੀ। ਇਸੇ ਵਿਸ਼ਵ ਪਿੰਡ ਦੀ ਇੱਕ ਸੱਚਾਈ, ਬੇਸੁਰ ਬੇਤਾਲ ਇਸ ਆਲਮ ਦੇ ਵਿੱਚ ਆਪੋ ਤਾਪੀ ਪਾਹੋਦਾਹੀ, ਬੇਸੁਰ ਬੇਤਾਲ ਇਸ ਆਲਮ ਦੇ ਵਿੱਚ ਆਪੋ ਤਾਪੀ ਵਾਹੋਦਾਹੀ, ਮਗਰ ਮੱਛ ਤੇ ਅਜਗਰ ਦੋਵੇਂ ਨਿੱਕੇ ਜੀਵ ਨੂੰ ਨਿਗਲੀ ਜਾਂਦੇ, ਭਰੇ ਪੇਟ ਤੇ ਹੱਥ ਫੇਰ ਕੇ ਹੋਰ ਅਗਾਂਹ ਨੂੰ ਜਾਈ ਜਾਂਦੇ। ਸੋ ਇਸੇ ਤਰ੍ਹਾਂ ਇਸੇ ਪਿੰਡ ਦੀ ਹਕੀਕਤ ਆ, ਸਮਿਆਂ ਦੀ ਕਲਮ ਜੀਭ ਤੇ, ਸਮਿਆਂ ਦੀ ਕਲਮ ਜੀਭ ਤੇ, ਸੱਚ ਕਹਿਣ ਤੋਂ ਡਰਦੀ ਆ ਨਾ ਕਲਮ, ਸਮਿਆਂ ਦੀ ਕਲਮ ਜੀਭ ਤੇ ਡਰ ਲਾਲਚ ਤੇ ਪ੍ਰਸਿੱਧੀ ਦਾ ਛਾਲਾ, ਲੱਗਿਆ ਇਲਮ ਜੀਭ ਤੇ ਤਾਲਾ, ਕਲਮ ਧਰਮ ਨਿਭਾਉਣ ਨਾ ਦੇਵੇ, ਮੰਦਰ ਢਾਹੇ ਮਸਜਿਦ ਢਾਹੇ, ਵੰਡ ਦੀਆਂ ਕੰਧਾਂ ਢਾਉਣ ਨਾ ਦੇਵੇ। ਇਹ ਸਾਡਾ ਵਿਸ਼ਵ ਪਿੰਡ ਆ। ਹੁਣ ਇੱਕ ਬਾਬੇ ਨਾਨਕ ਦਾ ਜੀ, ਹੁਣ ਇੱਕ ਬਾਬੇ ਨਾਨਕ ਦਾ ਵੀ ਇੱਕ ਪਿੰਡ ਸਿਰ ਗਿਆ ਸੀ, ਬਰਮੰਡੀ ਪਿੰਡ। ਉਹ ਕਿਹੋ ਜਿਹਾ ਬਾਬੇ ਨਾਨਕ ਵੀ ਚਿੱਤ ਵਿਆ ਸੀ, ਇੱਕ ਅਦੁੱਤੀ ਪਿੰਡ, ਸੁੰਗੜਨ ਦੀ ਥਾਂ ਜਿਸ ਦਾ ਆਕਾਰ ਗਿਆ ਸੀ ਖਿੰਡ। ਮਾਨਸਾ ਬਾਬੇ ਨਾਨਕ ਵੀ ਸਿਰ ਗਿਆ ਸੀ, ਇੱਕ ਅਦੁੱਤੀ ਪਿੰਡ, ਸੁੰਗੜਨ ਦੀ ਥਾਂ ਤੇ ਜਿਸਦਾ ਆਕਾਰ ਗਿਆ ਸੀ ਖਿੰਡ, ਉਸ ਬਰਮੰਡੀ ਪਿੰਡ ਦੀ ਹੈ ਵਿਲੱਖਣ ਵਾਰਤਾ, ਜਿਸ ਦੀ ਉਸਤਤ ਦੇ ਵਿੱਚ ਸੀ ਕਣ ਕਣ ਗਾਉਂਦਾ ਆਰਤਾ। ਅੱਜ ਦੇ ਪਿੰਡ ਨਾਲੋਂ ਜਿਹੜਾ ਵਿਸ਼ਵ ਪਿੰਡ ਆ ਉਹਦੇ ਨਾਲੋਂ ਫਰਕ, ਸਮਿਆਂ ਦੀ ਜੀਭ ਉਦੋਂ ਵੀ ਸੱਚ ਨੂੰ ਚੋਭਾ ਲਾਉਂਦੀ ਸੀ, ਸਮਿਆਂ ਦੀ ਜੀਭ ਉਦੋਂ ਵੀ ਸੱਚ ਨੂੰ ਚੋਭਾ ਲਾਉਂਦੀ ਸੀ, ਕਹਿ ਕੇ ਭੂਤਨਾ ਬਿਤਾਲਾ ਸੱਚ ਨੂੰ ਪੁੱਛਣਾ ਚਾਹੁੰਦੀ ਸੀ, ਪਰ ਸੱਚੇ ਬੋਲ ਅਗੰਬੜੀ ਰਵਾਬ ਸੰਗ ਤਾਲ ਮਿਲਾਉਂਦੇ ਰਹੇ, ਬਰਮੰਡੀ ਪਿੰਡ ਦੇ ਕੋਨੇ ਕੋਨੇ ਗੋਸ਼ਟਾਂ ਰਚਾਉਂਦੇ ਰਹੇ। ਸੋ ਉਹ ਨਹੀਂ ਰੁਕੇ, ਠੀਕ ਹੈ। ਅੱਜ ਅਸੀਂ ਪ੍ਰਸਿੱਧੀ ਦਾ ਸਾਡੇ ਕੋਲ ਲਾਲਚ ਲੋਭ ਦੇ ਕੇ ਕਲਮਾਂ ਨੂੰ ਵੀ ਚੁੱਪ ਕਰਾ ਦਿੱਤਾ ਜਾਂਦਾ, ਕਲਮਾਂ ਵੀ ਸਟੇਟ ਦੀਆਂ ਜਿਹੜੀਆਂ ਹੈਗੀਆਂ ਨੇ ਇੱਕ ਉਹਦੇ ਇਸ਼ਾਰੇ ਤੇ ਚੱਲਦੀਆਂ ਨੇ, ਲੇਕਿਨ ਉਸ ਸਮੇਂ ਦੇ ਜਿਹੜਾ ਵਿਸ਼ਵ ਪਿੰਡ ਦਾ ਇੱਕ ਵਸ਼ਿੰਦਾ ਸੀ ਬਾਬਾ ਨਾਨਕ ਬਰਮੰਡੀ ਪਿੰਡ ਦਾ, ਉਹ ਜਿਹੜਾ ਤਾਂ ਵੀ ਗੋਸ਼ਟਾਂ ਰਚਾਉਂਦਾ ਸੀ, ਭੂਤਨਾ ਬਿਤਾਲਾ ਕਹਿੰਦੇ ਸੀ ਤਾਂ ਵੀ। ਅੱਗੋਂ ਫਿਰ ਅਰਜ ਆ ਉਸ ਬਰਮੰਡੀ ਪਿੰਡ ਦੇ ਸਿਰਜਕ ਨੂੰ, ਹੇ ਸੁਨਹਿਰੀ ਯੁੱਗ ਦੇ ਸਿਰਜਕਾ, ਸਮੇਂ ਦੀਆਂ ਸਭੇ ਕਾਲਖਾਂ ਨੂੰ ਸ਼ਬਦ ਰਿਸ਼ਮਾ ਸੰਗ ਧੋਣ ਵਾਲਿਆ, ਹਾਕਮ ਨੂੰ ਜਾਵਰ ਅਕਸ ਦੇਣ ਵਾਲਿਆ, ਨਿਉਟਿਆਂ ਨਿਵਾਣਿਆਂ ਨਿਥਾਵਿਆਂ ਨੂੰ ਪਛਾਣ ਦੇਣ ਵਾਲਿਆ, ਹੇ ਮਹਾਨਾਇਕ ਮਹਾਕਵੀ, ਸੋਹਜ ਕ੍ਰਾਂਤੀ ਤੇ ਗਿਆਨ ਦਾ ਮਹਾਪ੍ਰਸ਼ਾਦ, ਭਰ ਭਰ ਬੁੱਕਾਂ ਵੰਡ ਬੁੱਕਾਂ ਵੰਡਦਿਆਂ ਤੂੰ ਕਦੇ ਊਣਾ ਨਾ ਹੋਇਆ, ਕਿਸ਼ਾਮਲ ਜੀ ਪ੍ਰੋਗਰਾਮ ਦੇ ਬਿਲਕੁਲ ਅਖੀਰਲੇ ਪਲ ਵਿੱਚ ਬਿਲਕੁਲ ਆ ਚੁੱਕੇ ਜੀ ਜੀ, ਅਖੀਰਲੇ ਪਲ ਦੀ ਗੱਲ ਆ ਬਸ। ਹੇ ਸੋਨ ਸ਼ਬਦ ਘਾੜਿਆ, ਦੇ ਹਲੂਣਾ ਸਮੇਂ ਦੀ ਕਲਮ ਨੂੰ, ਫਿਰ ਬਾਬਰ ਨੂੰ ਜਾਬਰ ਕਹੀਏ, ਸਾਂਝਾ ਕੋਈ ਆਰਤਾ ਗਾਈਏ, ਬਖਸ਼ ਕੋਈ ਰਬਾਬ, ਫਿਰ ਚੋਰ ਨੂੰ ਸੁਰ ਬਣਾਈਏ, ਪੌਣਾ ਦੀ ਜ਼ਹਿਰ ਧੋਬੀਏ, ਪਾਣੀ ਦੀ ਜ਼ਹਿਰ ਧੋਬੀਏ, ਸ਼ਬਦ ਸੋਹਜ ਦੀ ਦੇ ਕੋਈ ਉਂਜਲੀ, ਆਪੋ ਤਾਪੀ ਵਾਹੋ ਦਾਹੀ ਦੌੜੇ ਜਾਂਦੇ, ਰਾਹੀ ਦੀ ਪਿਆਸ ਬੁਝਾਈਏ, ਸਭੇ ਸਾਂਝੀ ਵਾਲ ਸਦਾਇਨ, ਐਸਾ ਬਰਮੰਡੀ ਪਿੰਡ ਸਿਰਜੀਏ, ਐਸਾ ਬਰਮੰਡੀ ਪਿੰਡ ਸਿਰਜੀਏ। ਬਹੁਤ ਅੱਛੀ, ਮੇਰਾ ਜੀ ਕਰਦਾ ਸੀ ਇਹ ਸਮਾਂ ਜਿਹੜਾ ਹੈਗਾ ਥੋੜਾ ਖਲੋ ਜਾਵੇ, ਲੇਕਿਨ ਉਹ ਘੜੀ ਦੀਆਂ ਸੂਈਆਂ ਜਿਹੜੀਆਂ ਹੈਗੀਆਂ ਨੇ ਉਹ ਕਿਸੇ ਨਾਲ ਸਮਝੌਤਾ ਨਹੀਂ ਕਰਦੀਆਂ। ਮੈਂ ਆਪਣੇ ਵੱਲੋਂ ਅਦਾਰਾ ਚੰਨ ਪਰਦੇਸੀ ਵੱਲੋਂ ਔਰ ਦੇਸ਼ ਵਿਦੇਸ਼ ਵਿੱਚ ਬਹੁਤ ਹੀ ਭਾਵਸ਼ੀਲ, ਬਹੁਤ ਹੀ ਉੱਤਮ ਸਮਝ ਵਾਲੇ, ਸੋਚ ਵਾਲੇ, ਸੂਝਵਾਨ ਸਰੋਤੇ ਜੋ ਸਾਡੇ ਨਾਲ ਜੁੜੇ ਹੋਏ ਨੇ, ਨਾਲ ਨਾਲ ਆਪਣੀਆਂ ਕਾਮੈਂਟ ਵੀ ਦੇ ਰਹੇ ਨੇ, ਔਰ ਕਿੰਨੇ ਉਹ ਨੇ ਜਿਹੜੇ ਸ਼ਾਇਦ ਲਿਖ ਨਹੀਂ ਰਹੇ ਹੁੰਦੇ ਪਰ ਉਹਦੇ ਬਾਰੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ ਹੁੰਦਾ। ਸੋ ਤੁਹਾਡੀਆਂ ਬਹੁਤ ਹੀ ਰਚਨਾਵਾਂ ਗਹਿਰੀਆਂ, ਖੂਬਸੂਰਤ, ਕਿਆ ਬਾਤ ਹੈ। ਇਹ ਕਿਸੇ ਨੇ ਕਿਸੇ ਦਿਨ ਫਿਰ ਕੁਝ ਥੋੜਾ ਸਮਾਂ ਪਾ ਕੇ ਫਿਰ ਤੁਹਾਡੇ ਕੋਲੋਂ ਹੋਰ ਰਚਨਾਵਾਂ ਵੀ ਸੁਣਾਂਗੇ।
अज समा देने वास्ते बहुत ही बहुत मेहरबानी और बहुत मेरा ख्याल एक एक नजम एक एक गल जिहड़ी तुसी कही हैगी है बहुत अच्छी और इहदा लिंक जिहड़ा हैगा मैं अपनी टाइमलाइन दे उपर भी पाऊंगा इहदा लिंक तुहानू भी भेजूंगा बाद विच होर लोगां नाल भी उहनू शेयर कीता जा सकदा है और ए मैसेज जिहड़ा हैगा तुहाडा दूर दूर तक जाना चाहीदा बहुत मेहरबानी और धन्नता योग हो ਤੁਸੀਂ ਇਸ ਕਿਸਮ ਦੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਨੇ ਤੁਹਾਡੇ ਕੋਲੋਂ ਸੁਣਨ ਨੂੰ ਮੌਕਾ ਬਣਿਆ ਮੈਂ ਇਹਦੇ ਲਈ ਬਹੁਤ ਮਸ਼ਕੂਰ ਹਾਂ ਬਹੁਤ ਮਿਹਰਬਾਨੀ ਜੀ ਜੀ ਮਿਹਰਬਾਨੀ ਗੁਰਮਾਨ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਧੰਨਵਾਦ ਮਿਹਰਬਾਨੀ ਦੋਸਤੋ ਇਹ ਸਨ ਕਰਮਜੀਤ ਤੇ ਕਿਸ਼ਾਮਲ ਜੀ ਬਹੁਤ ਹੀ ਉੱਚ ਬੁੱਧੀ ਵਾਲੇ ਔਰ ਸੰਵੇਦਨਸ਼ੀਲ ਲੇਖਕ ਕਵਿਤਰੀ ਲੇਖਕ ਦੋਵੇਂ ਗੱਲਾਂ ਉਹਨਾਂ ਦੇ ਵਿੱਚ ਸ਼ਾਮਲ ਨੇ ਔਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਵਿਊ ਪੁਆਇੰਟ ਹੈ ਸਾਡੇ ਸਾਹਮਣੇ ਦੱਸਿਆ ਉਹਦੇ ਨਾਲ ਸਹਿਮਤ ਅਸਹਿਮਤ ਹਰ ਵਿਅਕਤੀ ਦਾ ਆਪਣਾ ਪਰ ਮੇਰੇ ਖਿਆਲ ਬਹੁਤ ਅੱਛੇ ਵਿਚਾਰ ਉਹਨਾਂ ਨੇ ਦਿੱਤੇ ਨੇ ਔਰ ਉਹ ਕੰਸਿਡਰ ਕੀਤੇ ਜਾਣੇ ਚਾਹੀਦੇ ਨੇ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ ਪ੍ਰੋਗਰਾਮ ਦੀ ਸਮਾਪਤੀ ਹੈ ਅਗਲੇ ਪ੍ਰੋਗਰਾਮ ਦੀ ਤੁਹਾਨੂੰ ਦਾਵਤ ਦਿੰਦਾ ਹੋਇਆ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ ਰੱਬ ਰੱਖਾ ਜੀ ਅਗਲੇ ਪ੍ਰੋਗਰਾਮ ਵਿੱਚ ਮਿਲਦੇ ਹਾਂ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਸੋ ਮਚ